देशवा पर मोहे हैं, शुभ कर्मन्ते कभो न डरूं, न डरूं और सोच अब चाय लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਲੜੀਵਾਰ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਤੁਸੀਂ ਇਸ ਪ੍ਰੋਗਰਾਮ ਦੇ 253 ਭਾਗ ਵੇਖ ਚੁੱਕੇ ਹੋ ਅਤੇ 254 ਨੰਬਰ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਅਤੇ ਪਸੰਦ ਕਰਦੇ ਹਨ। ਧੰਨਵਾਦ ਕਰਦੇ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਇਸ ਪ੍ਰੋਗਰਾਮ ਨੂੰ ਬਹੁਤ ਹੀ ਖੂਬਸੂਰਤੀ ਨਾਲ ਤੁਹਾਡੇ ਸਾਹਮਣੇ ਪੇਸ਼ ਕਰਦੇ ਹਨ। ਵੀਰ ਜੀ ਨੂੰ ਜੀਆਂ ਆਖਦੇ ਹਾਂ, ਸਵਾਗਤ ਕਰਦੇ ਹਾਂ ਅਤੇ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡ ਵਿੱਚ ਅਸੀਂ ਗੱਲ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ 'ਤੇ, ਜਦੋਂ ਵੀ ਸੰਗਤਾਂ ਜਾਂ ਜਿਹੜੇ ਮਿਲਣ ਵਾਸਤੇ ਆਉਂਦੇ ਸੀ, ਜਿਹੜੇ ਵੀ ਉਹਨਾਂ ਲਈ ਖਾਸ ਸੁਗਾਤਾਂ ਲੈ ਕੇ ਜਾਂ ਖਾਸ ਪੁਸ਼ਾਕਾਂ ਲੈ ਕੇ ਆਉਂਦੇ ਸੀ, ਉਹਦੇ ਬਾਰੇ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾ ਰਹੇ ਸੀ। ਗੱਲ ਚੱਲ ਰਹੀ ਸੀ ਦੁਨੀ ਚੰਦ, ਜਿਹੜਾ ਕਿ 1679 ਦੀ ਵਿਸਾਖੀ ਵਿੱਚ ਅਨੰਦਪੁਰ ਸਾਹਿਬ ਆਇਆ, ਅਤੇ ਉੱਥੇ ਜਿਹੜੇ ਤੁਸੀਂ ਦੱਸ ਰਹੇ ਕਿ ਕਿਸ ਤਰ੍ਹਾਂ ਦੀ ਜਿਹੜੀ ਘਟਨਾ, ਕੋਈ ਹੋਰ ਵੀ ਉਸ ਸਮੇਂ ਕੋਈ ਘਟਨਾਵਾਂ ਘਟੀਆਂ ਜਿਹੜੀਆਂ ਕਿ ਜਿਨ੍ਹਾਂ ਦਾ ਜਿਹੜਾ ਹੈਗਾ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾਉਣੀ ਚਾਹੁੰਦੇ ਹੋ, ਕਿਉਂਕਿ ਉਹ ਬੜੀ ਦੂਰੋਂ ਸੰਗਤਾਂ ਦੀਆਂ ਸੁਗਾਤਾਂ ਲੈ ਕੇ ਜਾਂ ਸੰਗਤਾਂ ਦੀ ਜਿਹੜੀ ਭੇਟਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਲੈ ਕੇ ਆਇਆ ਸੀ। ਸੰਨ 1679 ਦੀ ਵਿਸਾਖੀ ਤੱਕ ਜੀ ਗੁਰੂ ਗੋਬਿੰਦ ਰਾਏ ਨੂੰ ਗੁਰਗੱਦੀ ਤੇ ਬੈਠਣ ਨੂੰ ਤਕਰੀਬਨ 3.5 ਸਾਲ ਦਾ ਸਮਾਂ ਹੋ ਗਿਆ ਸੀ। ਠੀਕ ਹੈ, ਕਿਉਂਕਿ ਨਵੰਬਰ 1675 'ਚ ਉਹਨਾਂ ਨੂੰ ਗੁਰਗੱਦੀ ਮਿਲੀ। ਹਾਂਜੀ, ਸੰਮਤ ਜਿਹੜਾ ਬਣਦਾ ਹੈਗਾ ਆ, ਸੰਮਤ 1736 ਬਿਕਰਮੀ ਸੰਮਤ, ਜਿਹੜੇ ਉਦੋਂ ਸੰਮਤ ਚੱਲਦੇ ਸੀ। ਸੰਨ ਦੀ ਗੱਲ ਆਪਾਂ ਤਾਂ ਕਰਦੇ ਕਿਉਂਕਿ ਅੱਜ ਦਾ ਸੰਨ ਜਿਹੜਾ ਪਾਪੂਲਰ ਹੈ, ਸਮਝਣਾ ਸੌਖਾ ਹੋ ਜਾਂਦਾ, ਸਾਰੇ ਜਾਣਦੇ ਉਹਦੇ ਬਾਰੇ। ਸੰਮਤ ਦੇ ਨਾਲ ਮੇਰਾ ਤਾਂ ਇੱਕ ਸੌਖਾ ਜਿਹਾ ਤਰੀਕਾ ਰੱਖਿਆ ਜੀ ਮੈਂ, ਕਿ ਸੰਮਤ ਦਾ ਅਤੇ ਸੰਨ ਦਾ 57 ਸਾਲ ਦਾ ਫਰਕ ਆ। ਠੀਕ ਹੈ, ਕਿਤੇ ਕਿਤੇ ਜਾ ਕੇ ਸਾਲ ਦੇ ਅੰਦਰ ਤਾਂ ਉਹ 56 ਸਾਲ ਦਾ ਫਰਕ ਬਣ ਜਾਂਦਾ। ਹਾਂਜੀ, ਪਰ ਮੋਟਾ ਜਿਹਾ ਸਿੱਧੀ ਗੱਲ 57 ਸਾਲ ਦਾ ਫਰਕ ਆ, ਅਤੇ ਉਹ ਯਾਨੀ ਕਿ ਉਸ ਹਿਸਾਬ ਨਾਲ ਦੇਖ ਲਓ ਉਹਨੂੰ, ਬਾਅਦ 'ਚ ਫਿਰ ਦਿਨ ਮਿਲਾ ਕੇ ਦਿਨਾਂ ਦੇ ਹਿਸਾਬ ਨਾਲ ਮਹੀਨਾ ਦੇ ਮਤਲਬ ਮਹੀਨੇ ਬਣਾ ਕੇ ਦੇਖ ਲਈਦੇ ਹੁੰਦੇ ਆ। ਪਰ 1736 ਸੰਮਤ ਅਤੇ ਸੰਨ 1679, ਇਹ ਜਿਹੜਾ ਸੰਨ ਆ ਨਾ, ਇਹ 3-4 ਘਟਨਾਵਾਂ ਲਈ ਬੜਾ ਜੁੜਿਆ ਹੋਇਆ ਕਿ ਕਿਹੜੇ ਕਿਹੜੇ ਲੋਕ ਇਸ ਵਿਸਾਖੀ ਦੇ ਉੱਤੇ ਚੱਲ ਕੇ ਆਏ ਸੀ। ਠੀਕ ਹੈ, ਸ਼ਾਇਦ 1699 ਦੀ ਵਿਸਾਖੀ ਬਹੁਤ ਮਸ਼ਹੂਰ ਆ, ਇਹ ਉਦੋਂ 20 ਸਾਲ ਪਹਿਲਾਂ ਦੀ ਵਿਸਾਖੀ ਆ। ਹਾਂਜੀ ਹਾਂਜੀ ਹਾਂਜੀ, ਪਰ ਜਿਹੜੀ 1679 ਦੀ ਵਿਸਾਖੀ ਆ ਨਾ, ਹਾਂਜੀ, ਇਹ ਵੀ ਇੱਕ ਗੁਰੂ ਘਰ ਦਾ ਟਰਨਿੰਗ ਪੁਆਇੰਟ ਹੈ ਜਿਹਦੀ ਕਦੀ ਗੱਲ ਨਹੀਂ ਕੀਤੀ ਗਈ। ਠੀਕ ਹੈ, ਬਹੁਤ ਵੱਡਾ ਟਰਨਿੰਗ ਪੁਆਇੰਟ ਹੈ ਵੀ 1679 ਤੱਕ ਪਹਾੜੀਏ ਰਾਜੇ ਜਿਹੜੇ ਸੀ ਗੁਰੂ ਘਰ ਦੇ ਸ਼ਰਧਾਲੂ ਸੀ ਵਿਸਾਖੀ। ਜੀ ਜੀ, ਠੀਕ ਹੈ। 1679 ਦੇ ਵਿੱਚ ਅਤੇ ਉਹ 1679 ਤੱਕ ਉਹ ਮਹਿਸੂਸ ਵੀ ਤਾਂ ਕਰਦੇ ਕਿ ਗੁਰੂ ਤੇਗ ਬਹਾਦਰ ਨੇ ਸਾਡੇ ਲਈ ਸ਼ਹਾਦਤ ਦਿੱਤੀ ਆ, ਤਿਲਕ ਜੰਜੂ ਦੀ ਰੱਖਿਆ ਦਿੱਤੀ ਆ। ਹਾਂਜੀ, 1679 ਦੇ ਵਿੱਚ 3.5 ਸਾਲ ਦੇ ਸਮੇਂ ਦੇ ਵਿੱਚ ਹਾਲਾਤ ਇੱਦਾਂ ਬਦਲੇ ਕਿ ਉਹਨਾਂ ਨੂੰ ਇੱਦਾਂ ਲੱਗਣ ਲੱਗ ਪਿਆ ਕਿ ਗੁਰੂ ਗੋਬਿੰਦ ਰਾਏ ਜੀ ਦੇ ਹੁਣ ਰਾਜ ਸੀ, ਠਾਠ ਬਣ ਰਹੇ, ਇਹਨਾਂ ਦੀਆਂ ਫੌਜਾਂ ਬਣ ਰਹੀਆਂ ਆ, ਅਤੇ ਇਹ ਫੌਜਾਂ ਜਿਹੜੀਆਂ ਆ ਇਹ ਮੁਗਲ ਰਾਜ ਨਾਲੋਂ ਸਾਡੇ ਲਈ ਵਧੇਰਾ ਖਤਰਾ ਬਣ ਗਿਆ। ਠੀਕ ਹੈ, ਉਹਨਾਂ ਨੇ ਇੱਦਾਂ ਯਾਨੀ ਕਿ ਆਪਣਾ ਡਰ ਜਿਹੜਾ ਆਪਣਾ ਪਾਲਾ ਮਾਰਨਾ ਪਿਆ ਕਿ ਜਿੱਦਾਂ ਦੇ ਜ਼ਾਲਮ ਮੁਗਲ ਰਾਜੇ ਸੀਗੇ, ਜੀ ਜੀ, ਉੱਦਾਂ ਦੇ ਜ਼ੁਲਮ ਆਪਣੀ ਪਰਜਾ ਉੱਤੇ ਪਹਾੜੀ ਰਾਜੇ ਵੀ ਕਰਦੇ, ਰਾਜਿਆਂ ਦਾ ਰਾਜ ਰਜਵਾੜਿਆਂ ਦਾ ਜੋ ਕਿਰਦਾਰ ਹੁੰਦਾ ਲੋਕਾਂ ਦੇ, ਵੱਧ ਤੋਂ ਵੱਧ ਲੋਕਾਂ ਤੋਂ ਟੈਕਸ ਗਰਾ ਕੇ ਮੁਗਲ ਹਕੂਮਤ ਨੂੰ ਲਗਾਉਣ ਦਿੰਦੇ ਸੀ, ਡਰਦੇ ਸੀ ਮੁਗਲ ਹਕੂਮਤ ਤੋਂ, ਵੱਡੀ ਹਕੂਮਤ ਆ, ਡਰਦੇ ਸੀ ਉਹ ਤੋਂ। ਸੋ ਇਹਨਾਂ ਲੱਗਣ ਲੱਗ ਗਿਆ ਕਿ ਅਸੀਂ ਮੁਗਲ ਹਕੂਮਤ ਨੂੰ ਲਗਾਉਣ ਦਿੰਦੇ ਹਾਂ, ਮੁਗਲ ਹਾਕਮ ਤਾਂ ਸਾਡੇ ਕੋਲ ਆ ਕੇ ਸਾਡੀ ਅਤੇ ਉਹਨਾਂ ਨੇ ਸਾਡੇ ਰਾਜ ਨਹੀਂ ਖੋਏ, ਸਿਰਫ ਲਗਾਉਣ ਹੀ ਲੈਂਦੇ ਆ, ਪਰ ਅਨੰਦਪੁਰ ਜੇ ਸ਼ਕਤੀਸ਼ਾਲੀ ਹੋ ਗਿਆ ਅਤੇ ਸਾਡੇ ਵਿੱਚ ਬੈਠਾ, ਸਾਡਾ ਰਾਜ ਵੀ ਜਾਂਦੇ ਲੱਗਣੇ ਆ, ਲੋਕ ਜਿੱਦਾਂ ਲਾਮਬੰਦ ਹੋਣ ਲੱਗ ਪਏ, ਇਹਨਾਂ ਨਾਲ ਲੋਕ ਜੁੜਨ ਲੱਗ ਪਿਆ। 3.5 ਸਾਲਾਂ ਦੇ ਵਿੱਚ ਜਿਹੜੀ ਸੀ ਇਹ ਪਿਰਤ ਪੈ ਗਈ ਸੀ। ਸੋ 1679 ਦੀ ਵਿਸਾਖੀ ਜਿਹੜੀ ਆ ਇਹ ਇੱਕ ਤਰ੍ਹਾਂ ਦਾ ਅਨੰਦਪੁਰ ਦਾ ਟਰਨਿੰਗ ਪੁਆਇੰਟ ਆ। ਠੀਕ ਹੈ, ਇਸ ਕਰਕੇ ਮੈਂ ਇਹਦੇ ਜ਼ਿਕਰ ਵੀ ਕਰ ਰਿਹਾ ਔਰ ਇਹਦੀਆਂ ਘਟਨਾਵਾਂ ਘਟੀਆਂ ਉਹਦਾ ਜ਼ਿਕਰ ਕਰਨਾ ਬਣਦਾ। ਸੋ ਵੀ ਅਨੰਦਪੁਰ ਦੇ ਰਾਜ ਸੀ, ਠਾਠ ਕਿੱਦਾਂ ਬਣੇ, ਹਾਂਜੀ ਹਾਂਜੀ, ਇਹਦੇ 'ਚੋਂ ਇਹ ਗੱਲਾਂ ਬਣਦੀਆਂ। ਸੇਠ ਦੁਨੀ ਚੰਦ ਦੀ ਆਪਾਂ ਗੱਲ ਕਰ ਰਹੇ ਸੀ, ਹੁਣ ਸੇਠ ਦੁਨੀ ਚੰਦ ਜਿਹੜਾ ਸੀਗਾ ਉਹ 5 ਸਾਲ ਬਾਅਦ ਯਾਨੀ ਕਿ ਗੁਰੂ ਤੇਗ ਬਹਾਦਰ ਦੇ ਵੇਲੇ ਉਹ ਆਇਆ ਹੋਇਆ ਸੀ, ਜਦੋਂ 3.5 ਸਾਲ ਤੋਂ ਗੁਰੂ ਗੋਬਿੰਦ ਸਿੰਘ ਗੁਰਗੱਦੀ 'ਤੇ ਬੈਠੇ, ਗੋਬਿੰਦ ਰਾਏ ਜੀ ਗੁਰਗੱਦੀ 'ਤੇ ਬੈਠੇ, ਉਦੋਂ ਦਾ ਨਹੀਂ ਸੀ ਅਨੰਦਪੁਰ। ਅਤੇ 5 ਸਾਲ ਬਾਅਦ ਆਇਆ ਜੀ, ਉਹਨਾਂ ਟਾਈਮ 'ਚ ਆਪਾਂ ਪਿਛਲੇ ਐਪੀਸੋਡ ਜ਼ਿਕਰ ਕੀਤਾ ਅਤੇ 2 ਪੁੱਤ ਹੋਏ ਸੀ, ਹਰ ਵਾਲੀ ਇਹਨੇ ਖਾਸ ਮਾਇਆ ਗੁਰੂ ਘਰ ਲਈ ਕੱਢੀ ਵੀ ਸਤਿਗੁਰ ਨੇ ਬਖਸ਼ਿਸ਼ ਕੀਤੀ ਆ, ਦੁਸ਼ਮੰਦ ਇਕੱਠਾ ਹੋ ਗਿਆ, ਕੁਛ ਲੋਕਾਂ ਦੀ ਭੇਟਾ ਵੀ ਨਹੀਂ ਦਿੱਤੀ ਸੀ, ਉਹ ਵੀ ਇਕੱਠੇ ਹੋ ਗਿਆ, ਔਰ ਜਿਹੜਾ ਉੱਥੋਂ ਦਾ ਇਲਾਕੇ ਦਾ ਮਸੰਦ ਸੀ, ਬੜਾ ਇਮਾਨਦਾਰ ਮਸੰਦ ਸੀ ਦਿਆਲ ਦਾਸ ਜੀ,
ਉਸ ਦਿਆਲਦਾਸ ਮਸਾਂਦਰੇ ਨੂੰ ਪ੍ਰੇਰਿਆ ਕਿ ਗੁਰੂ ਘਰ ਲਈ ਇਹੋ ਜਿਹੀ ਚੀਜ਼ ਲੈ ਕੇ ਜਾ ਜਿਹਨਾਂ ਤੋਂ ਸਰਮਾਇਆ ਇਕੱਠਾ ਕੀਤਾ ਹੈ, ਉਹ ਚੀਜ਼ ਜਿੱਦਾਂ ਦੀ ਕੋਈ ਹੋਵੇ ਨਾ ਹੋਵੇ ਨਾ। ਹਾਂਜੀ, ਅਤੇ ਉਹਨੇ ਦੱਸਿਆ ਵੀ ਗੁਰੂ ਘਰ ਦੀਆਂ ਲੋੜਾਂ ਕੀਤੀਆਂ ਅਤੇ ਦਿਆਲਦਾਸ ਦੀ ਪ੍ਰੇਰਨਾ ਦੇ ਨਾਲ ਕੁਛ ਦਿਆਲਦਾਸ ਦੀ ਮਾਇਆ ਇਕੱਠੀ ਜਿਹਨੂੰ ਹਜ਼ੂ ਵੀ ਨੂੰ ਦਿੱਤੀ ਅਤੇ ਦਿਆਲਦਾਸ ਦੀ ਪ੍ਰੇਰਨਾ ਨਾਲ ਇਹੋ ਜਿਹਾ ਤੰਬੂ ਤਿਆਰ ਕਰਵਾਇਆ ਜਿਹੋ ਜਿਹਾ ਤੰਬੂ ਦੁਨੀਆਂ 'ਚ ਹੋਰ ਕਿਸੇ ਕੋਲ ਨਹੀਂ ਸੀ। ਠੀਕ ਹੈ। ਈਵਨ ਬਾਦਸ਼ਾਹ ਔਰੰਗਜ਼ੇਬ ਸੀ ਹਿੰਦੁਸਤਾਨ ਦਾ, ਮੁਗਲ ਬਾਦਸ਼ਾਹ ਦੀਆਂ ਬੜੀਆਂ ਵੱਡੀਆਂ ਵੱਡੀਆਂ ਚੀਜ਼ਾਂ ਤਖ਼ਤੇ ਤੌਸ ਦਾ ਜ਼ਿਕਰ ਕੀਤਾ ਜਾਂਦਾ, ਉਹਨਾਂ ਦੇ ਹੀਰੇ ਦਾ ਜ਼ਿਕਰ ਕੀਤਾ ਜਾਂਦਾ, ਉਹਨਾਂ ਦੇ ਤੰਬੂਆਂ ਦਾ ਜ਼ਿਕਰ ਕੀਤਾ ਜਾਂਦਾ, ਬਾਦਸ਼ਾਹ ਦੀ ਜਿਹੜੇ ਦਰਬਾਰ ਜਿੱਥੇ ਲੱਗਦੇ ਉਹਦਾ ਜ਼ਿਕਰ ਕੀਤਾ ਜਾਂਦਾ ਵੀ ਕਿੱਡੇ ਕਿੱਡੇ ਵਧੀਆ ਹੁੰਦੇ ਸੀਗੇ, ਪਰ ਇਹ ਜਿਹੜੀ ਉਹਨਾਂ ਨਾਲੋਂ ਉੱਦਾਂ ਦਾ ਇੱਕ ਵੀ ਹੈ ਨਹੀਂ ਸੀ। ਔਰੰਗਜ਼ੇਬ ਕੋਲ ਵੀ ਉੱਦਾਂ ਦਾ ਹੈ ਨਹੀਂ ਸੀ। ਸੋ ਆਪਾਂ ਪਿਛਲੇ ਐਪੀਸੋਡ ਜ਼ਿਕਰ ਕੀਤਾ, ਮੈਂ ਨਾਂ ਦੁਹਰਾਵਾਂ ਕਿ ਕਿੰਨੀ ਸ਼ਰਧਾ ਨਾਲ ਉਹਨੇ ਦੋਹਰੇ ਪਸ਼ਮੀਨਾ ਲਾ ਕੇ, ਦੋਹਰਾ ਪਸ਼ਮੀਨਾ ਜਾਣੀ ਕਿ ਪਸ਼ਮੀਨਾ ਵੀ ਰੇਸ਼ਮ, ਦੋਹਰਾ ਪਸ਼ਮੀਨਾ ਲਾ ਕੇ, ਪਸ਼ਮੀਨਾ ਹੁੰਦਾ ਰੇਸ਼ਮ ਦਾ ਵੀ ਅਸਲੀ ਰੇਸ਼ਮ, ਜਾਣੀ ਕਿ ਕੀਮਤੀ ਗੱਲ ਜਿਹੜੀ ਸੀ, ਉਹਦੇ ਅੰਦਰ ਸੁੱਚੇ ਮੋਤੀ ਲਾ ਕੇ, ਕਢਾਈ ਕਰਾ ਕੇ, ਮੀਨਾਕਾਰੀ ਕਰਾ ਕੇ, ਕਰੋਸ਼ੀਏ ਦਾ ਕੰਮ ਕਰਾ ਕੇ, ਔਰ ਉਹਦੀ ਜਿਹੜੀ ਉਹਨੇ ਤਿਆਰ ਕਰਵਾਇਆ ਸੀਗਾ ਉਹਦੀ ਇਕੱਲੀ ਇਕੱਲੀ ਚੀਜ਼ ਦਾ ਖਿਆਲ ਰੱਖਿਆ ਗਿਆ, ਉਹਦੀ ਸਿਲਾਈ ਦਾ, ਉਹਦੀ ਕਢਾਈ ਦਾ, ਉਹਦੇ ਫੀਤਿਆਂ ਦਾ, ਉਹਦੀਆਂ ਡੋਰੀਆਂ ਦਾ, ਉਹਦੇ ਪਰਦਿਆਂ ਦਾ, ਉਹਦੀਆਂ ਲਾਸ਼ਾਂ ਦਾ, ਉਹਦੇ ਉਹਦੀ ਨਿਵਾਰ ਦਾ, ਉਹਦੀਆਂ ਚਿੱਕਾਂ ਦਾ, ਜਾਣੀ ਕਿ ਕੋਈ ਵੀ ਚੀਜ਼ ਕਿਸੇ ਗੱਲੇ ਕਮੀ ਨਾ ਰਹਿ ਜਾਵੇ, ਅਤੇ ਜਿੱਥੇ ਸਤਿਗੁਰੂ ਨੇ ਬੈਠਣਾ ਉਹ ਖਾਸ ਸਪੈਸ਼ਲ ਬਣਾ ਕੇ, ਉੱਥੇ ਚਾਂਦਨੀ ਕਿੱਦਾਂ ਲੱਗਣੀ ਹੈ ਅਤੇ ਚਾਂਦਨੀ ਜਿਹੜੀ ਸਪੈਸ਼ਲ ਤਿਆਰ ਕਰਵਾਈ। ਸੋ ਇਕੱਲੀ ਇਕੱਲੀ ਚੀਜ਼ ਉਹਨੇ ਬੜੇ ਪਿਆਰ ਨਾਲ ਉਹਦੇ ਅੰਦਰ ਲਈ ਗਲੀਚੇ ਤਿਆਰ ਕਰਵਾਏ, ਉਹਦੇ ਅੰਦਰ ਜਿਹੜੇ ਗਲੀਚੇ ਤਿਆਰ ਕਰਵਾਏ, ਫਿਰ ਮਖਮਲੀ ਪਰਦੇ ਤਿਆਰ ਕਰਵਾਏ, ਫਿਰ ਗੰਗ ਜਮਨੀ ਚੋਭਾਂ ਜਿਹੜੀਆਂ ਹੁੰਦੀਆਂ, ਬੜਾ ਸ਼ਾਨਦਾਰ ਗੱਲ ਸੀ, ਉਹ ਕਢਾਈ ਕਰਵਾਈ ਗਈ ਹੈਗੀ ਆ, ਅਤੇ ਕੋਈ ਕਮੀ ਨਹੀਂ ਕਿਸੇ ਬੰਦੇ ਨੂੰ ਦਿੱਤੀ ਉਹਨੇ, ਆਪਦੇ ਲਈ ਪੂਰੀ ਸ਼ਰਧਾ ਪੂਰਾ ਸਰਮਾਇਆ ਲਾਇਆ ਅਤੇ ਉਹ ਤਿਆਰ ਕਰਵਾ ਕੇ ਸੰਨ 1679 ਦੀ ਵਿਸਾਖੀ ਵਾਲੇ ਦਿਨ ਆ ਕੇ ਉਹਨੇ ਅਰਦਾਸ ਕਰਵਾਈ। ਦੋ ਚਾਰ ਦਿਨ ਪਹਿਲਾਂ ਆ ਕੇ ਅਰਦਾਸ ਕਰਵਾਈ ਅਤੇ ਸੰਨ 1679 ਦੀ ਵਿਸਾਖੀ ਦਾ ਜਿਹੜਾ ਦੀਵਾਨ ਹੈ ਇਸ ਤੰਬੂ 'ਚ ਇਸ ਤੰਬੂ 'ਚ ਲੱਗਿਆ। ਔਰ ਜਦੋਂ ਇਹ ਤੰਬੂ 'ਚ ਦੀਵਾਨ ਲੱਗਿਆ ਹੋਇਆ ਸੀਗਾ, ਇਸ ਦੀਵਾਨ ਦੇ ਸਮੇਂ ਜਿਹੜੀ ਤੁਸੀਂ ਹੋਰ ਘਟਨਾ ਜਿਹੜੀ, ਰਾਜਾ ਰਤਨ ਰਾਏ ਜਿਹੜਾ ਆਸਾਮ ਦਾ ਰਾਜਾ ਸੀ ਉਹ ਪਹੁੰਚਿਆ, ਆਪਣੀ ਮਾਤਾ ਨੂੰ ਨਾਲ ਲੈ ਗਏ, ਪਦਮਤੀ ਨੂੰ, ਆਪਣੀ ਮਾਤਾ ਉਹਨੇ ਨਾਲ ਲਈ ਸੀ, ਆਪਣੇ ਅਹਿਲਕਾਰ ਨਾਲ ਲਿਆ ਸੀ, ਆਪਣੀ ਪਤਨੀ ਨਾਲ ਸੀ, ਨਾਲ ਉਹਦੇ ਅਹਿਲਕਾਰ ਸੀ, ਫੌਜ ਦਾ ਛੋਟਾ ਜਿਹਾ ਟੁਕੜਾ ਸੀ। ਇਹ ਰਾਜਾ ਰਤਨ ਰਾਏ ਆਸਾਮ ਤੋਂ ਚੱਲ ਕੇ ਪੂਰੀ ਸ਼ਰਧਾ ਦੇ ਨਾਲ ਇਹ ਅਨੰਦਪੁਰ ਪਹੁੰਚਿਆ। ਹੁਣ ਜਦੋਂ ਰਾਜਾ ਰਤਨ ਦਾ ਜ਼ਿਕਰ ਕੀਤਾ, ਆਸਾਮ ਦਾ ਜ਼ਿਕਰ ਕੀਤਾ, ਸ਼ਾਇਦ ਆਪਾਂ ਪਿਛਲੇ ਐਪੀਸੋਡ ਗੱਲ ਕੀਤੀ, ਤੁਹਾਨੂੰ ਸ਼ਾਇਦ ਕੁਛ ਯਾਦ ਆਇਆ ਹੋਵੇ। ਆਸਾਮ ਦਾ ਰਾਜਾ ਰਾਜਾ ਰਾਮ ਰਾਏ ਸੀ, ਜਿਹਦਾ ਸਤਿਗੁਰ ਨੇ ਸਮਝੌਤਾ ਕਰਾਇਆ ਸੀਗਾ ਮੁਗਲ ਹਕੂਮਤ ਦੇ ਜਰਨੈਲ ਨਾਲ, ਜਰਨੈਲ ਜੈ ਸਿੰਘ ਦੇ ਪੁੱਤਰ ਨਾਲ, ਰਾਮ ਸਿੰਘ ਨਾਲ। ਇਹ ਰਾਜਾ ਰਾਮ ਰਾਏ ਸੀਗਾ। ਇਹ ਰਾਜਾ ਰਾਮ ਰਾਏ ਦਾ ਸਮਝੌਤਾ ਕਰਵਾਇਆ ਸੀਗਾ, ਇਹਨਾਂ ਸਾਰਿਆਂ ਦਾ ਰਾਜਿਆਂ ਦਾ ਜਿਹੜਾ ਸਮਝੌਤਾ ਕਰਵਾ ਕੇ ਅਤੇ ਆਸਾਮ ਦੇ ਵਿੱਚ ਅਮਰ ਸਤਿਗੁਰ ਨੇ ਕਾਇਮ ਕੀਤਾ ਸੀਗਾ। ਅਤੇ ਉਦੋਂ ਰਾਜਾ ਰਾਮ ਰਾਏ ਨੇ ਆਖਿਆ ਸੀ ਕਿ ਮੇਰਾ ਰਾਜ ਸਮਝੌਤਾ ਵੀ ਹੋ ਗਿਆ, ਰਾਜ ਵੀ ਬੜਾ ਹੈ, ਬਹਾਦਰੀ ਦੇ ਕਿੱਸੇ ਵੀ ਬੜੇ ਨੇ, ਸ਼ਰਧਾ ਵੀ ਬੜੀ ਹੈ, ਦਾਨ ਪੁੰਨ ਵੀ ਬੜਾ ਹੈ, ਸਾਰੀ ਪ੍ਰਜਾ ਵੀ ਮੇਰੀ ਖੁਸ਼ ਹੈ, ਪਰ ਮੇਰੇ ਘਰ ਪੁੱਤਰ ਰਹੀ ਹੈ। ਹਾਂਜੀ। ਅਤੇ ਮੈਂ ਹੁਣ ਉਮਰ ਦੇ ਜਿਸ ਪੜਾਅ 'ਤੇ ਪਹੁੰਚ ਚੁੱਕਾ, ਮੈਂ ਹਰ ਤਰ੍ਹਾਂ ਦੇ ਤੀਰਥ 'ਤੇ ਜਾ ਕੇ ਦੇਖ ਲਿਆ, ਹਰ ਤਰ੍ਹਾਂ ਦੀ ਬੇਨਤੀ ਜੋਜੜੀ ਕਰਕੇ ਦੇਖ ਲਈ, ਹਰ ਤਰ੍ਹਾਂ ਦੇ ਭੰਡਾਰੇ ਲਾ ਕੇ ਦੇਖ ਲਿਆ, ਪੀਰਾਂ ਫਕੀਰਾਂ ਨੂੰ ਪੁੱਛ ਕੇ ਦੇਖ ਲਿਆ, ਪੁੱਤਰ ਦੀ ਦਾਤ ਨਹੀਂ ਮੈਨੂੰ ਮਿਲੀ। ਅਤੇ ਹਰ ਥਾਂ 'ਤੇ ਇਹੀ ਖਿਆਲ ਆਈ ਜਾਂਦਾ ਕਿ ਮੇਰੇ ਪੁੱਤਰ ਦੀ ਦਾਤ ਹੈ ਨਹੀਂ। ਜੀ ਜੀ। ਅਤੇ ਸਤਿਗੁਰੂ ਜੀ ਤੁਸੀਂ ਬਖਸ਼ਿਸ਼ ਕਰੋ। ਹਾਂਜੀ। ਗੁਰੂ ਨਾਨਕ ਦਾ ਘਰ ਤਾਂ ਸਭ ਤੋਂ ਉੱਪਰ ਹੈ, ਤੁਸੀਂ ਬਖਸ਼ਿਸ਼ ਕਰੋ। ਸਤਿਗੁਰੂ ਕਹਿੰਦੇ ਵੀ ਬਖਸ਼ਿਸ਼ ਤਾਂ ਕਰ ਦਿਆਂਗੇ ਜੀ, ਪਰ ਕਿਉਂਕਿ ਤੂੰ ਬਹੁਤ ਮੰਦਰਾਂ 'ਚ ਜਾ ਆਇਆ, ਬਹੁਤ ਸਾਧੂਆਂ ਕੋਲ ਜਾ ਆਇਆ, ਬਹੁਤ ਥਾਵਾਂ 'ਤੇ ਘੁੰਮ ਆਇਆ, ਅਤੇ ਤੇਰੇ ਮਨ 'ਚ ਸ਼ਰਧਾ ਕਿਵੇਂ ਟਿਕੇਗੀ ਕਿ ਗੁਰੂ ਘਰ ਦੀ ਬਖਸ਼ਿਸ਼ ਹੈ? ਜੀ ਜੀ ਜੀ। ਅਤੇ ਸ਼ਰਧਾ ਟਿਕਣੀ ਨਹੀਂ। ਹਾਂਜੀ। ਉਹ ਕਹਿੰਦਾ ਨਹੀਂ ਜੀ, ਮੈਂ ਤਾਂ ਹੁਣ ਹਾਰ ਕੇ ਆਇਆ ਹਾਂ ਅਤੇ ਤੁਸੀਂ ਬਖਸ਼ਿਸ਼ ਕਰ ਦਿਓ ਬਸ। ਉਹ ਕਹਿੰਦੇ ਕਹਿਣਾ ਗੱਲ ਹੋਰ, ਪਰ ਮਨ ਨੂੰ ਅੰਦਰੋਂ ਮਨਾਉਣਾ ਗੱਲ ਸਤਿਗੁਰੂ ਕਹਿੰਦੇ ਹੋਰ ਹੋ ਰਿਹਾ। ਹਾਂਜੀ। ਤੇਰਾ ਮਨ ਮੰਨਣਾ ਨਹੀਂ ਕਰਾਉਣਾ ਵੀ ਫਲਾਣੇ ਮੰਦਰ 'ਚ ਮੈਂ ਚੜਾਇਆ ਸੀਗਾ ਜੀ ਸੋਨੇ ਦਾ ਸ਼ਾਇਦ, ਫਲਾਣੇ ਮੰਦਰ 'ਚ ਆਇਆ ਸੀ, ਫਲਾਣਾ ਜਗਰਾਤਾ ਵੀ ਕਰਾਇਆ ਸੀਗਾ ਜੀ, ਅੱਛਾ ਫਲਾਣੇ ਮੈਂ ਜੀ ਕੰਜਕਾਂ ਬਿਠਾਈਆਂ ਸੀਗੀਆਂ ਅਤੇ ਫਲਾਣਾ ਦਾਨ ਕੀਤਾ, ਤੇਰੀ ਸਾਰਾ ਕੁਛ ਬੰਦ 'ਚ ਆਉਣਾ ਆ ਅਤੇ ਲੈ ਤੈਨੂੰ ਨਿਸ਼ਾਨ, ਤੇਰੇ ਘਰ ਪੁੱਤਰ ਆਏਗਾ ਪਰ ਤੈਨੂੰ ਨਿਸ਼ਾਨੀ ਵੀ ਦਿੰਦੇ ਆ। ਅਤੇ ਸਤਿਗੁਰੂ ਨੇ ਜਿਹੜੀ ਮੋਹਰ ਵਾਲੀ ਅੰਗੂਠੀ ਸੀ ਨਾ, ਜਿਹਦਾ ਆਪਾਂ ਜ਼ਿਕਰ ਪਿਛਲੇ ਐਪੀਸੋਡ 'ਚ ਵੀ ਕੀਤਾ ਵੀ ਦਰੋਗਾ ਅਬਦੁੱਲਾ ਲੈ ਕੇ ਆਇਆ ਸੀ ਦਿੱਲੀ ਤੋਂ। ਹਾਂਜੀ। ਸਤਿਗੁਰ ਆਪਣੀ ਗੁਰੂ ਦੀ ਗੁਰਗੱਦੀ ਦੀ ਮੋਹਰ ਵਾਲੀ ਅੰਗੂਠੀ ਪਾ ਕੇ ਰੱਖਦੇ ਹੁੰਦੇ ਸੀ ਗੁਰੂ ਤੇਗ ਬਹਾਦਰ ਜੀ ਆਪਣੀ ਉਮਰ ਦੇ ਵਿੱਚ, ਅਤੇ ਸਤਿਗੁਰ ਨੇ ਅੰਗੂਠੀ ਜਿਹੜੀ ਸੀ ਜਿਹਦੇ ਬਿਨਾਂ ਮੋਹਰ ਸੀਗੀ
ਉਹਦੇ ਮੱਥੇ ਨਾਲ ਛੁਆਤੀ ਚੰਗੀ ਤਰ੍ਹਾਂ ਘੁੱਟ ਕੇ ਜੀ, ਜਦੋਂ ਜ਼ੋਰ ਦੀ ਨੱਪ ਦਿੱਤੀ ਤੇ ਉਹਦੇ ਮੱਥੇ ਦੇ ਉੱਤੇ ਮੋਹਰ ਲੱਗ ਗਈ ਰਾਜੇ ਦੇ ਉੱਤੇ। ਹਾਂਜੀ, ਮੋਹਰ ਦਾ ਨਿਸ਼ਾਨ ਪੈ ਗਿਆ। ਸਤਿਗੁਰ ਸ਼ੀਸ਼ੇ 'ਚ ਦੇਖ, ਉਹਨੇ ਸ਼ੀਸ਼ੇ ਦੇਖਿਆ, ਸਤਿਗੁਰ ਕਹਿੰਦੇ ਤੇਰੇ ਘਰ ਪੁੱਤਰ ਜਨਮੇਗਾ। ਹਾਂਜੀ, ਉਹਦੇ ਮੱਥੇ ਦੇ ਉੱਤੇ ਨਾ ਆ ਨਿਸ਼ਾਨੀ ਹੋਈ, ਆ ਨਿਸ਼ਾਨੀ ਹੋਏਗੀ ਜੀ। ਤੇ ਫਿਰ ਤੂੰ ਸਮਝੀ ਵੀ ਗੁਰੂ ਘਰ ਦੀ ਬਖਸ਼ਿਸ਼ ਹੋਈ ਹੈ, ਜੇ ਨਿਸ਼ਾਨੀ ਨਾ ਹੋਈ ਤੇ ਫਿਰ ਕਿਸੇ ਹੋਰ ਦਾ, ਫਿਰ ਤੇਰਾ ਮਨ ਕਦੀ ਕਿੱਧਰ ਜਾਣਾ, ਕਦੀ ਕਿੱਧਰ ਜਾਣਾ। ਸੋ ਉਹ ਤੇਰੇ ਘਰ ਪੁੱਤਰ ਆਏਗਾ ਜੀ, ਉਹਦਾ ਨਾਂ ਉਹ ਰਤਨ ਦੀ ਨਿਸ਼ਾਨੀ ਲਾਤੀ, ਮੁੰਦੀ ਦਾ ਰਤਨ ਪਾਇਆ, ਰਤਨ ਦੀ ਨਿਸ਼ਾਨੀ ਲਾਤੀ ਆ, ਲੈ ਉਹਦਾ ਨਾਂ ਵੀ ਰਤਨ ਰਾਏ ਰੱਖੀ। ਠੀਕ ਹੈ, ਨਿਸ਼ਾਨੀ ਦੇਖੀ, ਹਾਂਜੀ, ਉਹਦਾ ਨਾਂ ਵੀ ਰਤਨ ਰਾਏ ਰੱਖੀ, ਤੇ ਤੇਰਾ ਨਾਮ ਹੀ ਜਿੱਦਾਂ ਰਤਨ ਰੋਸ਼ਨ ਹੁੰਦੇ, ਉਹਦਾ ਨਾਮ ਹੀ ਉਹ ਤੇਰਾ ਰਤਨ ਰਾਏ ਰੋਸ਼ਨ ਕਰੂਗਾ, ਤੇਰੇ ਘਰ ਪੁੱਤਰ ਪੈਦਾ ਹੋਊਗਾ। ਸਤਿਗੁਰ ਨੇ ਇੰਨੀਆਂ ਬਖਸ਼ਿਸ਼ਾਂ ਕਰਤੀਆਂ, ਮੁੰਦਰ ਕੀ ਨਿਸ਼ਾਨੀ ਦੇ। ਇਹ ਹੁਣ ਰਤਨ ਰਾਏ ਪੁੱਤਰ ਉਹਦੇ ਪੈਦਾ ਹੋਇਆ, ਜਵਾਨ ਹੋਇਆ, ਜਵਾਨ ਵਿਆਹਿਆ ਗਿਆ, ਗੱਦੀ 'ਤੇ ਬੈਠ ਗਿਆ, ਪਿਤਾ ਚੱਲ ਵਸਿਆ, ਅਤੇ ਇਹਦੇ ਉਹ ਨਿਸ਼ਾਨ ਆ ਬਚਪਨ ਤੋਂ ਦੇਖਦਾ ਰਿਹਾ। ਅਤੇ ਇੱਕ ਦਿਨ ਮਾਤਾ ਨੂੰ, ਮਾਤਾ ਨੇ ਦੱਸਿਆ ਨਹੀਂ ਕੋਈ ਗੱਲ ਇੱਦਾਂ ਦੀ ਗੱਲ, ਪਰ ਇੱਕ ਦਿਨ ਨੇ ਕੇਸ ਆਪਣੇ ਸਿਰ ਵਾਉਂਦੇ, ਉੱਥੇ ਕੇਸ ਸਾਰੇ ਰੱਖਦੇ ਸੀ, ਕੇਸ ਵਾਉਂਦਿਆ ਪਿਆ ਖਿਆਲ 'ਤੇ ਇਹਦੀ ਰਾਣੀ ਨੇ ਪੁੱਛਿਆ ਤੇਰੇ ਆਹ ਕਹਿੰਦਾ ਨਿਸ਼ਾਨ ਆ। ਉਹ ਕਹਿੰਦਾ ਮੈਂ ਮਾਤਾ ਨੂੰ ਪੁੱਛਦਾ। ਉਹਨੇ ਮਾਤਾ ਨੂੰ ਪੁੱਛਿਆ ਮਾਤਾ ਕਹਿੰਦਾ ਨਿਸ਼ਾਨ ਹੈ, ਅਤੇ ਮਾਤਾ ਨੇ ਸਾਰੀ ਗਾਥਾ ਸੁਣਾਈ, ਸੁਣਾ ਦਿੱਤੀ ਵੀ ਤੇਰੀ ਜਿਹੜੀ ਆ ਨਾ ਬਖਸ਼ਿਸ਼ ਆ। ਇਹ ਕਹਿੰਦਾ ਵੀ ਡਾ ਵੀ ਗੁਰੂ ਕੋਈ ਸਮਰੱਥ ਹੋ ਸਕਦਾ ਜੀ, ਕਿ ਮੇਰੇ ਜਨਮ ਤੋਂ ਪਹਿਲਾਂ ਸਟੈਂਪ ਲਾ, ਮੇਰੇ ਜਨਮ ਤੋਂ ਪਹਿਲਾਂ ਸਟੈਂਪ ਲਾ, ਯਾਨੀ ਕਿ ਐਡਾ ਵੀ ਕੋਈ ਸਮਰੱਥ ਹੋ ਸਕਦਾ ਜੀ ਜੀ, ਵੀ ਉਹ ਗੁਰੂ ਦੀ ਨਿਸ਼ਾਨੀ ਆ, ਤੇ ਮੈਨੂੰ ਤਾਂ ਫਿਰ ਗੁਰੂ ਦੇ ਕਰਕੇ ਜੇ ਮੇਰਾ ਜਨਮ ਹੋਇਆ ਤੇ ਫਿਰ ਮੈਨੂੰ ਗੁਰੂ ਦੇ ਜਾ ਕੇ ਉਸ ਗੁਰਦੀ ਤੇ ਜਾ ਕੇ ਨਤਮਸਤਕ ਹੋਣਾ ਚਾਹੀਦਾ ਜੀ ਜੀ। ਪੁੱਤਰ ਸੋਚਦੀ ਤਾਂ ਨਾ ਵੀ ਇੱਦਾਂ, ਤੇ ਇਹ ਆਪਣੀ ਮਾਤਾ ਨੂੰ ਲੈ ਕੇ, ਪਤਨੀ ਨੂੰ ਲੈ ਕੇ, ਪਰਿਵਾਰ ਨੂੰ ਲੈ ਕੇ, ਨਾਲ ਅਹਿਲਕਾਰਾਂ ਨੂੰ ਲੈ ਕੇ, ਇੱਕ ਫੌਜ ਦੀ ਟੁਕੜੀ ਲੈ ਕੇ, ਤੇ ਆਪਣੇ ਉਸ ਘਾਤਾਂ ਲੈ ਕੇ ਜਿਹੜੀਆਂ ਨੂੰ ਲੱਗਦੀਆਂ ਸੀ ਦੁਨੀਆਂ 'ਚ ਕਿਸੇ ਹੋਰ ਕੋਲ ਹੈ ਨਹੀਂ। ਹਾਂਜੀ, ਇਹਨੇ ਅਸਾਮ ਦੇ ਜੰਗਲਾਂ 'ਚ ਇੱਕ ਹਾਥੀ ਫੜਿਆ ਸੀ, ਉਹ ਹਾਥੀ ਦਾ ਹੈਗਾ ਬੱਚਾ ਸੀ, ਉਹ ਪਾਲਿਆ ਸੀਗਾ, ਅਤੇ ਉਹ ਬਹੁਤ ਸੁੰਦਰ ਸੀ, ਉਹਦੀ ਚਿੱਟੀ ਮੱਥੇ ਦੀ ਜਿਹੜੀ ਨਾ ਧਾਰੀ ਇੱਕ ਸੀਗੀ, ਉਹ ਮੱਥੇ ਤੋਂ ਹੋ ਕੇ ਪੂਛ ਤੱਕ ਜਾਂਦੀ ਸੀ, ਹਾਥੀ ਕਿਸੇ ਹੋਰ ਜਿੱਦਾਂ ਨਹੀਂ ਜਿੱਦਾਂ, ਉਹ ਚਿੱਟੀ ਧਾਰੀ ਬੜੀ ਖੂਬਸੂਰਤ ਧਾਰੀ ਬਣ ਕੇ ਜਾਂਦੀ, ਜਿੱਦਾਂ ਕਿਸੇ ਨੇ ਕਢਾਈ ਕੀਤੀ ਹੋਵੇ, ਹਾਂਜੀ, ਜਿੱਦਾਂ ਇਹਦੇ ਨਿਸ਼ਾਨੀ ਲੱਗੀ ਸੀ ਉਹਦੇ ਇੱਕ ਤਰ੍ਹਾਂ ਦੀ, ਉਹ ਨਿਸ਼ਾਨੀ ਲੱਗੀ ਵਾਲੀ ਗੱਲ ਕਹਿ ਲਓ, ਕਿਤੇ ਵਰਸਾਇਆ ਹੋਏਗਾ ਕਿਸ ਤੋਂ, ਅਤੇ ਉਹ ਜਾਣੀ ਕਿ ਹਾਥੀ ਦਾ ਬੱਚਾ ਸਿਖਾਇਆ ਹੋਇਆ ਨਾਲ, ਉਹਦੀ ਅਕਲ ਜਾਣੀ ਕਿ ਮਨੁੱਖਾਂ ਵਾਂਗ ਉਹ ਛੇਤੀ ਗੱਲ ਸਿੱਖ ਲੈਂਦਾ ਹੈ, ਖੇਡਣਾ ਜਾਣਦਾ ਹੈ, ਇਹ ਸੁੰਡਾ ਹਿਲਾਉਂਦਾ ਹੈ, ਨਮਸਕਾਰਾਂ ਕਰਨੀਆਂ ਜਾਣਦਾ ਹੈ, ਇਹਨੇ ਹਾਥੀ ਦਾ ਬੱਚਾ ਜਿਹੜਾ ਸੀ ਉਹ ਨਾਲ ਤਿਆਰ ਕੀਤਾ, ਉਹ ਲਿਆ ਆਪਣੇ ਨਾਲ ਜੀ, ਹਾਥੀਆਂ ਦੇ ਘੋੜਿਆਂ 'ਤੇ ਚੜ੍ਹ ਕੇ ਉੱਥੋਂ ਆਏ ਸੀ, ਲੰਬਾ ਟਾਈਮ ਲੈ ਕੇ ਅਸਾਮ ਤੋਂ ਪਹੁੰਚੇ ਅਨੰਦਪੁਰ ਸਾਹਿਬ, ਇਹਨੇ ਉਹ ਹਾਥੀ ਦਾ ਬੱਚਾ ਨਾਲ ਲੈ ਲਿਆ, ਇੱਕ ਇਹ ਉਹਦੀਆਂ ਜਿਹੜੇ ਨਾਲ ਕੁਛ ਘੋੜੇ ਨਾਲ ਲੈ, ਕੁਛ ਸਾਜਬਾਜ਼ ਜਿਹੜੇ ਲੈ ਘੋੜਿਆਂ ਦੇ ਉੱਤੇ ਪਾਉਣ ਵਾਲੇ ਹੁੰਦੇ ਆ, ਕੁਛ ਚਾਂਦੀ ਦਾ ਹਾਥੀ ਦਾ ਅਹੁਦਾ ਲਿਆ, ਕਾਠੀਆਂ ਚਾਂਦੀ ਦੀਆਂ ਲਈਆਂ ਘੋੜਿਆਂ ਦੀਆਂ, ਪੰਜ ਘੋੜੇ ਜਾਣੀ ਕਿ ਇਹਨੇ ਲੈ, ਔਰ ਇੱਕ ਪੰਜ ਕਲਾ ਸ਼ਸਤਰ ਲਿਆ। ਠੀਕ ਹੈ, ਪੰਜ ਕਲਾ ਸ਼ਸਤਰ ਤੇ ਹੁਣ ਵੀ ਦਰਸ਼ਨ ਕਰਾਏ ਜਾਂਦੇ ਜੀ ਅਨੰਦਪੁਰ ਜਾਈਏ ਨਾ, ਉਹ ਇਹ ਲੈ ਕੇ ਆਇਆ, ਇਹ ਲੈ ਕੇ ਆਇਆ ਸੀਗਾ, ਔਰ ਪੰਜ ਕਲਾ ਸ਼ਸਤਰ ਜਿਹੜਾ ਸੀਗਾ ਉਹ ਜਿਹੜਾ ਪੰਜ ਕਲਾ ਸ਼ਸਤਰ ਨਾ ਇੱਦਾਂ ਦੀ ਉਹਦੀ ਬਣਤਰ ਸੀਗੀ ਕਿ ਦੇਖਣ ਨੂੰ ਉਹ ਬਰਸ਼ੀ ਵਾਂਗੂ ਲੱਗਦਾ ਸੀ। ਠੀਕ ਹੈ, ਪਰ ਜਦੋਂ ਮਰਜ਼ੀ ਉਹਨੂੰ ਥੋੜ੍ਹਾ ਜਿਹਾ ਘੁਮਾਓ ਗੁਰਜ ਬਣ ਜਾਂਦਾ ਸੀ। ਠੀਕ ਹੈ, ਗੁਰਜ ਵਾਂਗੂ ਮਾਰਿਆ ਜਾ ਸਕਦਾ ਸੀ, ਬਰਸ਼ੀ ਵਾਲੀ ਸ਼ਕਲ ਸੀ, ਉਹਦੇ ਵਿੱਚੋਂ ਤਲਵਾਰ ਬਣਦੀ ਸੀ ਨਾਲ ਹੀ, ਗੁਰਜਾਂ ਦੀ ਤਲਵਾਰ ਦਾ ਵਾਰ ਵੀ, ਤਲਵਾਰ ਵਾਂਗੂ ਵੀ ਵਾਰ, ਬਰਸ਼ੀ ਵਾਂਗੂ ਵਾਰ ਕੀਤਾ ਜਾ ਸਕਦਾ ਸੀ, ਚੁੱਭ ਕੇ ਉਹਨੂੰ ਗੁਰਜ ਵਾਂਗੂ ਵਰਤਿਆ ਜਾ ਸਕਦਾ ਸੀ, ਉਹਨੂੰ ਤਲਵਾਰ ਵਾਂਗੂ ਵਰਤਿਆ ਜਾ ਸਕਦਾ ਸੀ, ਔਰ ਉਹਦੇ ਅੰਦਰ ਇੱਕ ਛੋਟੀ ਪਿਸਤੌਲ ਸੀ। ਠੀਕ ਹੈ, ਜਿਹਦੇ ਵਿੱਚ ਗੋਲੀ ਪਾਈ ਹੋਈ ਹੁੰਦੀ ਸੀ ਤੇ ਜਦੋਂ ਮਰਜ਼ੀ ਤੁਸੀਂ ਚਲਾ ਸਕਦੇ, ਛੋਟੀ ਪਿਸਤੌਲ ਸੀ, ਔਰ ਉਹਨੂੰ ਲੰਬੀ, ਉਹਦੀ ਲੰਬੀ ਨਾਲੀ ਵਾਲੀ ਜਿਹੜੀ ਗੱਲ ਸੀਗੀ ਬਰਸ਼ੀ ਵਾਲੀ, ਉਹਨੂੰ ਬੰਦੂਕ ਦੇ ਤੌਰ 'ਤੇ ਵਰਤਿਆ ਜਾਂਦਾ, ਲੰਬੀ ਨਾਲੀ ਵਾਲੀ ਬੰਦੂਕ ਸੀ, ਯਾਨੀ ਪੰਜ ਕਲਾ ਸ਼ਸਤਰ ਜਿਹਦੇ ਬੰਦੂਕ ਆ, ਪਿਸਤੌਲ ਛੋਟੀ ਨੇੜੇ ਗੋਲੀ ਚਲਾਉਣ ਵਾਲਾ, ਪਿਸਤੌਲ ਆ, ਬੰਦੂਕ ਆ, ਤਲਵਾਰ ਆ, ਗੁਰਜ ਆ, ਬਰਸ਼ੀ ਆ, ਪੰਜ ਕਲਾ ਸ਼ਸਤਰ ਆ, ਉਹਦੇ 'ਚ ਪੰਜ ਕਲਾ ਇੱਕੋ ਸਮੇਂ ਪ੍ਰਗਟ ਹੁੰਦੀਆਂ, ਉਹ ਸ਼ਸਤਰ ਲੈ ਕੇ ਆਇਆ, ਮੈਦਾਨੇ ਜੰਗ 'ਚ ਬਾਕੀ ਸ਼ਸਤਰ ਚੱਕਣ ਦੀ ਲੋੜ ਨਹੀਂ, ਉਹ ਜਿੱਦਾਂ ਦੇ ਸ਼ਸਤਰ ਦੀ ਲੋੜ ਆ ਉਹਨੂੰ ਵਰਤਿਆ ਜਾ ਸਕਦਾ ਸੀਗਾ, ਥੋੜ੍ਹੀ ਜਿਹੀ ਜਾਣੀ ਕਿ ਉਹਦੀ ਬਦਲੀ ਕਰਨ ਦੀ ਵਰਤਣਾ ਆਉਂਦਾ ਹੋਵੇ ਸਹੀ, ਅਤੇ ਇਹ ਸੋ ਪੰਜ ਕਲਾ ਸ਼ਸਤਰ ਲੈ ਕੇ ਆਇਆ, ਇੱਕ ਚੌਂਕੀ ਚੰਦਨ ਦੀ ਲੈ ਕੇ ਆਇਆ। ਠੀਕ ਹੈ, ਚੰਦਨ ਦੀ ਚੌਂਕੀ ਬਹੁਤ ਸਪੈਸ਼ਲ ਬਣਵਾ ਕੇ ਲੈ ਕੇ ਆਇਆ, ਫਲਾਦੀ ਸੰਜੋ ਲੈ ਕੇ ਆਇਆ, ਫਲਾਦ ਦਾ ਬਣਿਆ ਹੋਇਆ ਸੰਜੋ ਕਿ ਜਿਹਦੇ ਅੰਦਰੋਂ ਗੋਲੀ ਤੱਕ ਨਹੀਂ ਲੰਘ ਸਕਦੀ, ਉਹ ਲੈ ਕੇ ਆਇਆ, ਬਰੀਕ ਕਰਕੇ ਬਣਾਇਆ ਹੋਇਆ, ਪਾਇਆ ਜਾ ਸਕਦਾ ਕੱਪੜਿਆਂ ਦੇ ਥੱਲੇ ਦੀ, ਕੱਪੜਿਆਂ ਦੇ ਉੱਤੇ ਦੀ, ਸੁੱਚੇ ਮੋਤੀਆਂ ਦੀ ਮਾਲਾ ਲੈ ਕੇ ਆਇਆ, ਇੱਕ ਜਿਗਾ ਕਲਗੀ ਲੈ ਕੇ ਆਇਆ, ਢਾਕੇ ਦੀ ਮਲਮਲ, ਅਸਾਮ ਬੰਗਾਲ ਦੇ ਨੇੜੇ ਪੈਂਦਾ, ਢਾਕੇ ਦੀ ਮਲਮਲ ਬੜੀ ਮਸ਼ਹੂਰ ਆ, ਕਿਤੇ ਢਾਕੇ ਦੀ ਮਲਮਲ ਪੂਰੀ ਦਸਤਾਰ ਮੁੰਦਰੀ ਦੇ ਵਿੱਚੋਂ ਕੱਢੀ ਜਾ ਸਕਦੀ ਸਿੱਧੀ, ਸੋ ਪਸਾਨਾ ਦੇ ਥਾਨ ਮੁੰਦਰੀ 'ਚੋਂ ਕੱਢੀ ਜਾ, ਨਹੀਂ ਨਿਕਲਦੀ ਉੰਨੀ ਬਰੀਕ ਕਰਕੇ, ਸੋ ਢਾਕੇ ਦੀ ਮਲਮਲ ਨਹੀਂ, ਸੋ ਢਾਕੇ ਦੀ ਉਹ ਬਰੀਕ ਮਲਮਲ ਲੈ ਕੇ ਆ, ਔਰ ਰੇਸ਼ਮੀ ਜੜਾਊ ਲੈ ਕੇ ਆ, ਇਹ ਸਤਿਗੁਰੂ ਦੀ ਬਹੁਤ ਸੁਗਾਤਾਂ ਲੈ ਕੇ ਪਹੁੰਚਿਆ ਹੈਗਾ, ਸੋ ਤੰਬੂ ਪਹਿਲਾਂ ਦੁਨੀ ਚੰਦ ਲੈ ਕੇ ਪਹੁੰਚਿਆ ਆ, ਉਹਦੇ ਸ਼ਾਹੀ ਠਾਠ ਬਣੇ ਆ, ਉਹਦੇ ਅੰਦਰ ਹੁਣ ਹਾਥੀ ਆ ਗਿਆ, ਪ੍ਰਸ਼ਾਦੀ ਹਾਥੀ ਜਿਹਦਾ ਨਾਂ ਇਤਿਹਾਸ ਨੇ, ਗੁਰੂ ਸਾਹਿਬ ਨੇ ਉਹਦਾ ਨਾਂ ਰੱਖਿਆ ਪ੍ਰਸ਼ਾਦੀ ਹਾਥੀ, ਪ੍ਰਸ਼ਾਦ ਦੇ ਤੌਰ 'ਤੇ
ਉਹਦੇ ਅੰਦਰ ਪੰਜ ਕਲਾ ਸ਼ਸਤ ਰਾਗ ਆਇਆ, ਜਿਹਦੇ ਅੰਦਰ ਚੌਂਕੀ ਚੰਦਨ ਦੀ ਆ ਗਈ ਸਤਿਗੁਰ ਦੇ ਬੈਠਣ ਲਈ, ਫਲਾਦੀ ਸੰਜੋ ਆ ਗਿਆ ਸਤਿਗੁਰ ਦੇ ਪਹਿਨਣ ਦੇ ਲਈ, ਸੁੱਚੇ ਮੋਤੀਆਂ ਦੀ ਮਾਲਾ ਆ ਗਈ ਆ, ਜਿਗਾ ਆ ਗਈ, ਕਲਗੀ ਆ ਗਈ ਆ, ਢਾਕੇ ਦੀ ਮਲਮਲ ਆ ਗਈ ਆ, ਥਾਨਾਂ ਦੇ ਥਾਨ, ਰੇਸ਼ਮੀ ਜੜਾਊ ਆ ਗਿਆ ਗੁਰਸਿੱਖਾਂ ਦੇ ਲਈ। ਸੋ ਇਹ ਇੰਨੀਆਂ ਅਵਸਥਾ ਲੈ ਕੇ ਪਹੁੰਚਿਆ ਹੈਗਾ ਆ ਰਾਜਾ ਰਤਨ ਰਾਏ। ਠੀਕ ਹੈ। ਔਰ ਕਮਾਲ ਦੀ ਸ਼ਰਧਾ ਦੇ ਨਾਲ ਇਹ ਬੰਦਾ ਪਹੁੰਚਿਆ, ਪਰ ਜਦੋਂ ਤੁਸੀਂ ਗੁਰੂ ਘਰ ਦਾ ਦੇਖਿਆ ਨਾ ਸਾਰਾ ਕੁਛ, ਹਾਂਜੀ, ਇਹਨੇ ਤੰਬੂ ਦੇਖਿਆ ਕਹਿੰਦਾ ਬੜੀ ਰਾਸ਼ੀ ਠਾਠ ਆ, ਆਪਣੀ ਚੀਜ਼ਾਂ ਇਹਦੀਆਂ ਟਿਕਾਈਆਂ ਗਈਆਂ ਤਾਂ ਬੜੀ ਰਾਸ਼ੀ ਠਾਠ ਆ, ਬੜੀ ਕਮਾਲ ਦੀ ਗੱਲ ਆ। ਹਾਂਜੀ। ਪਰ ਜੋ ਦੇਖਿਆ ਨਾ ਸੰਗਤਾਂ ਪੰਗਤ 'ਚ ਬੈਠ ਕੇ ਲੰਗਰ ਛਕਦੀਆਂ, ਅਤੇ ਪੰਗਤਾਂ ਥੱਲੇ ਬੈਠ ਕੇ ਲੱਗੀਆਂ ਹੋਈਆਂ ਪੰਗਤਾਂ, ਹਾਂਜੀ, ਉਦੋਂ ਕਹਿੰਦਾ ਬਾਕੀ ਤਾਂ ਸਾਰਾ ਕੁਛ ਠੀਕ ਆ, ਪਰ ਇਹਦੇ 'ਚ ਰਾਜਿਆਂ ਵਾਲੀ ਕੋਈ ਗੱਲ ਨਹੀਂ। ਹਾਂਜੀ। ਲੰਗਰ ਥੱਲੇ ਬੈਠ ਕੇ ਛਕਾਈ ਜਾਂਦੇ ਆ, ਲੰਗਰ 'ਚ ਕੋਈ ਗੱਲ ਨਹੀਂ ਹੈਗੀ, ਇਹ ਤਾਂ ਆਮ ਸਧਾਰਨ ਪ੍ਰਸ਼ਾਦਾ ਆ। ਇਹ ਤਾਂ ਸਧਾਰਨ ਪ੍ਰਸ਼ਾਦਾ ਜਿੱਦਾਂ ਸਾਰੇ ਛਕਦੇ ਹੁੰਦੇ, ਉਹਨੇ ਸੋਚਣਾ ਵੀ ਸ਼ਾਹੀ ਖਾਣੇ ਜਿਹੜੇ ਅਸੀਂ ਡਿਫਰੈਂਟ ਤਰੀਕੇ ਨਾਲ ਖਾਂਦੇ ਆ, ਅਸੀਂ ਸ਼ਾਹੀ ਖਾਣੇ ਬਣਾਉਂਦੇ ਆ ਬੀਜਾਂ ਤੇ ਬੈਠ ਕੇ ਛਕਦੇ ਆ, ਵੀ ਬਾਕੀ ਸ਼ਾਹੀ ਠਾਠ ਆ, ਪਰ ਲੰਗਰ ਦੇ ਵਿੱਚ ਉਹ ਸ਼ਾਹੀ ਠਾਠ ਵਾਲੀ ਗੱਲ ਹੈ ਨਹੀਂ, ਪਰ ਫਿਰ ਵੀ ਸ਼ਰਧਾਵਾਨ ਸੀਗਾ ਜੀ, ਲੰਗਰ ਛਕਣ ਬੈਠਿਆ। ਹਾਂਜੀ। ਤੇ ਉਹਨੇ ਕਿਹਾ ਸੀ ਇੱਥੇ ਵੱਖ ਵੱਖ ਪਕਵਾਨ ਨਹੀਂ ਹੈਗੇ, ਜਿੱਦਾਂ ਦੇ ਰਾਜੇ ਮੂਹਰੇ ਪਕਵਾਨ ਪਏ ਹੁੰਦੇ, ਵੀ ਇੱਕ ਬੁਰਕੀ ਐਸ ਦੀ ਲੈ ਲਈ ਤੇ ਦੂਜੀ ਉਹ ਦੂਜੀ ਦੀ ਲੈ ਲਈ, 36 ਪ੍ਰਕਾਰਾਂ ਦੇ ਭੋਜਨ ਨਹੀਂ, ਵੀ ਇੱਕੋ ਜਿਹਾ ਭੋਜਨ ਸਾਰਿਆਂ ਨੂੰ ਵਰਤਾਇਆ ਜਾ ਰਿਹਾ ਗੁਰੂ ਘਰ ਦੀ ਪਿਰਤਿਆ। ਇੱਕ ਤਾਂ ਪੰਗਤ 'ਚ ਬੈਠ ਕੇ ਲੰਗਰ ਛਕਾਉਣਾ, ਦੂਜਾ ਸਾਰਿਆਂ ਨੂੰ ਇੱਕੋ ਜਿਹਾ ਵਰਤਾ, ਇੱਕੋ ਜਿਹਾ ਵਰਤਾ ਹੋਣਾ, ਇਹ ਨਹੀਂ ਕਿ ਕਿਸੇ ਨੂੰ ਇੱਕ ਚੀਜ਼ ਦੇਣੀ ਦੂਜੀ ਦੇਣੀ, ਇੱਦਾਂ ਨਹੀਂ। ਇਹ ਜਿਹੜਾ ਇੱਦਾਂ ਕਰੂਗਾ ਉਹਦੇ ਲਈ ਬੜੀ ਸਾਖੀ ਇਤਿਹਾਸ ਦੀ ਹੈਗੀ, ਕਦੇ ਆਪਾਂ ਉਹ ਵੀ ਸਾਂਝੀ ਕਰ ਲਈਏ, ਇਹ ਭਾਈ ਕੀਰਤੀ ਵਾਲੀ ਸਾਖੀ ਕਦੇ ਗਾਹ ਕਰਾਂਗੇ ਉਹ ਗੱਲ, ਹਾਲੇ ਨਹੀਂ ਕਰਦੇ, ਜਦੋਂ ਕਦੇ ਉਹਦਾ ਪ੍ਰਸੰਗ ਆਏਗਾ ਉਦੋਂ ਕਰ ਲੈਂਦੇ ਹਾਂ। ਔਰ ਇਹ ਹੁਣ ਬੈਠ ਗਿਆ ਪੰਗਤ ਦੇ ਵਿੱਚ ਲੰਗਰ ਛਕਣ ਦੇ, ਜਦੋਂ ਬੈਠ ਗਿਆ ਤਾਂ ਇਹਨੇ ਬੈਠਿਆ ਮਨ ਦੇ ਅੰਦਰ ਵੀ ਬਾਕੀ ਸਾਰੀਆਂ ਗੱਲਾਂ ਠੀਕ, ਸ਼ਾਹੀ ਠਾਠ ਵੀ ਠੀਕ, ਕਿਲੇ ਵੀ ਠੀਕ, ਬਾਕੀ ਸੁਗਾਤਾਂ ਵੀ ਠੀਕ, ਗੁਰੂ ਦਾ ਬੈਠਣਾ ਉੱਠਣਾ ਵੀ ਠੀਕ, ਪਰ ਲੰਗਰ ਵਾਲੀ ਗੱਲ ਠੀਕ ਨਹੀਂ, ਇਹਦੇ 'ਚ ਸਵਾਦ ਨਹੀਂ ਹੈਗਾ, ਇਹਦੇ 'ਚ ਪਕਵਾਨ ਨਹੀਂ ਹੈਗਾ। ਔਰ ਜਦੋਂ ਆਪਾਂ ਕਈ ਵਾਰੀ ਜਾਂਦੇ ਗੁਰੂ ਘਰ 'ਤੇ, ਆਪਾਂ ਜਾਂਦੇ ਨਾ ਹੋਟਲਾਂ 'ਚ ਜਾ ਕੇ ਪ੍ਰਸ਼ਾਦਾ ਪਾਣੀ ਛਕੀਏ, ਉਹ ਬਿਰਤੀ ਸਾਡੀ ਬਣੀ ਹੁੰਦੀ ਆ ਵੀ ਯਾਰ ਲੰਗਰ 'ਚ ਬੈਠ ਕੇ ਕਾਹਨੂੰ ਛਕਣਾ, ਪ੍ਰਸ਼ਾਦਾ ਜਾ ਕੇ ਉੱਥੇ ਛਕਾਂਗੇ, ਪਰ ਗੁਰੂ ਘਰ ਦੇ ਲੰਗਰ ਦੇ ਵਿੱਚ ਜੋ 36 ਪ੍ਰਕਾਰੀ ਆਨੰਦ ਆ ਉਹ ਸ਼ਾਇਦ ਕਿਤੇ ਨਾ ਹੋਵੇ। ਅਤੇ ਇਹ ਬੈਠ ਗਿਆ ਜਦੋਂ ਇਹਨਾਂ ਲੰਗਰ ਛਕਿਆ ਨੇ, ਲੰਗਰ ਛਕਿਆ ਨੇ ਪਹਿਲੀ ਬੁਰਕੀ ਤੋੜੀ, ਇਹਨੂੰ ਸਵਾਦ ਬੜਾ ਆਇਆ। ਠੀਕ ਹੈ। ਕਹਿੰਦਾ ਕਿਆ ਬਾਤ ਹੈ ਜੀ, ਐਡਾ ਸਵਾਦ ਭੋਜਨ ਕਦੀ ਛਕਿਆ ਹੀ ਨਹੀਂ। ਹੁਣ ਇਹਨੇ ਉਸ ਉਹਨੂੰ ਬੁਰਕੀ ਤੋਂ ਬੜੇ ਪਿਆਰ ਨਾਲ ਚਿੱਤ ਛਿੱਤ ਕੇ ਛਕਿਆ, ਇੰਨੀ ਸਵਾਦੀ। ਮੈਂ 36 ਪਕਵਾਨਾਂ ਦੀ ਗੱਲ ਕਰਦਾ ਸੀ, ਪਰ ਇਹ ਤਾਂ ਇੱਕ ਬੁਰਕੀ ਬੋਲੇ ਸਾਰੇ ਮਾਤ ਹੋ ਗਿਆ। ਦੂਜੀ ਬੁਰਕੀ ਤੋੜੀ, ਮੂੰਹ 'ਚ ਪਾਈ, ਉਹਨੂੰ ਛੱਕ ਕੇ ਬੜੀ ਸਹਿਜ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ, ਦੂਜੀ ਬੁਰਤੀ ਬੁਰਕੀ ਮੂੰਹ 'ਚ ਪਾਈ, ਉਹਦਾ ਸਵਾਦ ਵੱਖਰਾ ਵੱਖਰਾ, ਉਦੋਂ ਵੀ ਵਧੀਆ ਪਰ ਸਵਾਦ ਵੱਖਰਾ। ਉਹਨੇ ਪਹਿਲੀਆਂ 5 ਬੁਰਕੀਆਂ ਇੱਕ ਤੋਂ ਬਾਅਦ ਦੂਜੀ ਪਾਈ, ਗਹਿਣ ਪੂਰਾ ਧਿਆਨ ਦੇ ਕੇ ਚਿੱਤ ਛਿੱਤ ਕੇ ਖਾਧੀਆਂ, ਹਰ ਵਾਰੀ ਸਵਾਦ ਵੱਖਰਾ ਵੱਖਰਾ। ਉਹਨੂੰ ਲੱਗਿਆ ਕਿ ਜਿਹੜੇ ਮੇਰੇ 36 ਪਕਵਾਨ ਸੀਗੇ ਜਿਹੜੇ ਵੱਖ ਵੱਖ ਮੈਂ ਕਹਿੰਦਾ ਵੀ ਖਾਣੇ ਹੋਣੇ ਚਾਹੀਦੇ ਆ, ਜੋ ਮੇਰੇ ਮਨ ਅੰਦਰ ਖਿਆਲ ਬਣੀ ਜਾਂਦਾ ਸੀਗਾ, ਇਹ ਤਾਂ ਇੱਕੋ ਖਾਣੇ 'ਚ, ਯਾਨੀ ਕਿ ਹਰ ਬੁਰਕੀ 'ਚ ਵੱਖਰਾ ਆਨੰਦ ਆ ਰਿਹਾ, ਵੱਖਰਾ ਆਨੰਦ ਆ ਰਿਹਾ, ਵੱਖਰਾ ਰਸ ਆ ਰਿਹਾ। ਇੱਥੇ ਮੈਂ ਥੋੜ੍ਹੀ ਰਹਾਉ ਵਾਲੀ ਗੱਲ ਕਰਦਾ, ਜਿਹੜੇ ਮਹਾਂਪੁਰਸ਼ ਨੇ ਨਾ ਜਿਨ੍ਹਾਂ ਨੇ ਨਾਮ ਜਪਿਆ ਆ, ਹਾਂਜੀ, ਮੈਂ ਸੰਤ ਬਾਬਾ ਅਤਰ ਸਿੰਘ ਦੀ ਗੱਲ ਕਰਦਾ, ਸੰਤ ਬਾਬਾ ਅਤਰ ਸਿੰਘ ਮਸਤੂਹਾਨ ਵਾਲੇ, ਉਹ ਕਹਿੰਦੇ ਹੁੰਦੇ ਸੀ ਜਦੋਂ ਪ੍ਰਸ਼ਾਦਾ ਛਕਣ ਲੱਗਦੇ ਆ ਨਾ ਜੀ, ਅਤੇ ਗੁਰੂ ਦਾ ਹੁਕਮ ਹੈ ਸਾਸ ਗਰਾਸ ਪਰਮਾਤਮਾ ਦਾ ਨਾਮ ਜਪਣਾ, ਸਾਸ ਹੁੰਦਾ ਸਵਾਹ ਚੱਲਦੇ, ਅਤੇ ਗਰਾਸ ਹੁੰਦਾ ਗਰਾਸ ਦਾ ਮਤਲਬ ਖਾਣਾ, ਆਪਾਂ ਘੋੜੀ ਨੂੰ ਪੱਠੇ ਪਾਉਣ ਲੱਗੇ ਕਿਹਦਾ ਗਰਾਸ ਦਿੱਤਾ, ਹੈ ਨਾ, ਗਰਾਸ ਦਾ ਹੁੰਦਾ ਖਾਣਾ ਜੀ, ਔਰ ਸਵਾਸਾਂ ਨਾਲ ਤਾਂ ਨਾਮ ਜਪਿਆ, ਖਾਂਦਿਆਂ ਕਿੱਦਾਂ ਜਪਿਆ ਵੀ ਕਿਸੇ ਗੱਲ ਬਹੁਤ ਘੱਟ ਛੁੱਟੀ ਹੋ ਗਈ, ਪਰ ਸੰਤ ਅਤਰ ਸਿੰਘ ਨੇ ਕਹੀ ਆ। ਉਹ ਕਹਿੰਦੇ ਜਦੋਂ ਖਾਂਦਿਆਂ ਰੋਟੀ ਨੂੰ ਚਿੱਥਦਿਆਂ, ਪ੍ਰਸ਼ਾਦੇ ਨੂੰ ਚਿੱਥਦਿਆਂ, ਬੁਰਕੀ ਨੂੰ ਚਿੱਥਦਿਆਂ, ਤੁਹਾਡੇ ਦੰਦ ਦੰਦਾਂ ਨਾਲ ਟੱਚ ਕਰਦੇ ਆ, ਉਦੋਂ ਵਾਹੇ, ਜਦੋਂ ਪਰੇ ਹੁੰਦੇ ਆ ਉਦੋਂ ਗੁਰੂ, ਵਾਹਿਗੁਰੂ ਵਾਹਿਗੁਰੂ, ਬੜੀ ਬਰੀਕ ਗੱਲ ਹੈ ਵੈਸੇ, ਪਰ ਜਿਹੜਾ ਬੰਦਾ ਇਹ ਖਿਆਲ ਰੱਖ ਸਕਦਾ ਉਹਦੇ ਖਾਣ ਦੀ ਚਾਲ ਵੀ ਬਦਲ ਜਾਊਗੀ, ਫਿਰ ਭੋਜਨ ਵੀ ਹਜ਼ਮ ਹੋਊਗਾ, ਖਾਣ ਦੀ ਚਾਲ ਵੀ ਬਦਲ ਜਾਊਗੀ, ਅਤੇ ਡਾਕਟਰ ਕਹਿੰਦੇ ਆ ਕਿ 32 ਵਾਰੀ ਇੱਕ ਚੀਜ਼ ਚਿੱਥਣੀ ਚਾਹੀਦੀ ਆ, ਅਤੇ ਉਹ ਚਿੱਥੂਗਾ ਫਿਰ 32 ਵਾਰੀ, ਉੱਦਾਂ 32 ਵਾਰੀ ਨਾ ਚਿੱਤੇ ਤੁਸੀਂ ਘਾਟਾ ਨਹੀਂ ਚਿੱਤ ਲਵੇ, ਪਰ ਚਿੱਥੂਗਾ ਉੱਦਾਂ, ਪਰ ਸਵਾਸ ਗਰਾਸ ਗਰਾਸ ਦੇ ਨਾਲ ਜਿੱਦਾਂ ਦੰਦ ਨਾਲ ਜੁੜਦੇ ਆ ਕਿਸ ਚੀਜ਼ ਨੂੰ ਬੈਠ ਕਰਨ ਲੱਗਿਆ, ਅਤੇ ਉਦੋਂ ਵਾਹੇ, ਜਦੋਂ ਪਰੇ ਹਟਦੇ ਗੁਰੂ ਉਹ ਬਰੀਕ ਉੱਥੇ ਖਿਆਲ ਟਿਕਾ ਦਿਓ ਪੂਰਾ, ਉਹਦੇ 'ਚੋਂ ਤੁਹਾਨੂੰ ਆਨੰਦ ਆਉਣਾ ਸ਼ੁਰੂ ਹੋ ਜਿਹੜਾ ਉੱਥੇ ਖਿਆਲ ਟਿਕਾਊ, ਉੱਥੇ ਆਨੰਦ ਸ਼ੁਰੂ, ਉਸ ਵਾਹਿਗੁਰੂ 'ਚੋਂ ਆਨੰਦ ਆਉਣਾ ਸ਼ੁਰੂ ਹੋ ਜਾਵੇ, ਅਤੇ ਫਿਰ ਤੁਸੀਂ ਜਿਹੜੀ ਵੀ ਬੁਰਕੀ ਪਾਓਗੇ ਆਨੰਦ ਵੱਖਰਾ, ਕੁਛ ਵੀ ਖਾਓਗੇ, ਤੁਹਾਡੀ ਜਿਹੜੇ ਕਿੰਤੂ ਜਿਹੜਾ ਕਰਨੇ ਬੰਦ ਹੋ ਜਾਣਗੇ ਖਾਣੇ ਦੇ ਉੱਤੇ,
ਨਹੀਂ ਤਾਂ ਆਮ ਤੌਰ 'ਤੇ ਕਈ ਵਾਰੀ ਤਾਂ ਤੁਸੀਂ ਘਰ ਦੇ ਵਿੱਚ ਲੜਾਈ ਇਸ ਗੱਲ 'ਤੇ ਪਾ ਕੇ ਬਹਿ ਜਾਂਦੇ ਆ, ਤੂੰ ਲੂਣ ਜ਼ਿਆਦਾ ਪਾਤਾ ਬਈ, ਜੀ ਜੀ ਜੀ, ਤੂੰ ਮਿਰਚਾਂ ਘੱਟ ਪਾਈਆਂ ਬਈ। ਹਾਂਜੀ। ਔਰ ਕਈ ਥਾਂ 'ਤੇ ਤਾਂ ਲੜਦੇ ਦੇਖੇ ਗਿਆ ਨਹੀਂ, ਮਾਨ ਸਿੰਘ ਚੌਰ ਇੱਕ ਕਥਾ 'ਚ ਕਹਿੰਦਾ ਵੀ ਕਈ ਥਾਂ 'ਤੇ ਇਸ ਗੱਲ 'ਤੇ ਲੜਾਈ ਹੋ ਜਾਂਦੀ ਆ, ਉਹ ਤੈਨੂੰ ਮੈਂ ਪਰੌਂਠਾ ਬਣਾਉਣ ਨੂੰ ਕਿਹਾ ਸੀਗਾ, ਤੂੰ 3 ਕੋਨੇ ਵਾਲਾ ਬਣਾ ਤਾ, 4 ਕੋਨੇ ਵਾਲਾ ਕਿਉਂ ਨਹੀਂ ਬਣਾਇਆ? ਬਣਾਇਆ, ਹਾਂਜੀ। ਅਤੇ ਜੇ 4 ਕੋਨੇ ਵਾਲਾ ਬਣਾਇਆ ਤੂੰ 3 ਕੋਨੇ ਵਾਲਾ ਕਿਉਂ ਨਹੀਂ ਬਣਾਇਆ? ਜੀ 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 ਜੀ। ਯਾਨੀ ਕਿ ਕੋਨਿਆਂ ਕਿਸੇ ਤੋਂ ਗੱਲ ਤੋਂ ਕੋਨਿਆਂ ਤੋਂ ਹੀ ਲੜਾਈ ਹੋਣ ਲੱਗ ਪਊਗੀ, ਪਰੌਂਠਾ ਦਾ ਪਰੌਂਠਾ। ਹਾਂਜੀ ਹਾਂਜੀ। ਪਰ ਸਾਡੀ ਪੰਜਾਬੀ ਦੀ ਕਹਾਵਤ ਹੈ ਕਿ ਆ ਬੜੀ ਪਿਆਰੀ, ਕਹਿੰਦੇ ਸੰਗ ਤੋਂ ਲੱਠਾ ਕੀ ਲੱਡੂ ਕੀ ਮੱਠਾ। ਹਾਂਜੀ, ਇਹੀ ਹੈ ਜੀ ਜੀ ਜੀ। ਸੋ ਸੰਗ ਤੋਂ ਲੱਤਾਂ 'ਤੇ ਸਵਾਦ ਦੀ ਗੱਲ ਨਹੀਂ ਹੈਗੀ, ਗੱਲ ਤਾਂ ਤੁਹਾਡੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਵਾਲੀ ਚੀਜ਼, ਤੁਹਾਡੇ ਸਰੀਰ ਅੰਦਰ ਉਹ ਚੀਜ਼ ਆਵੇ ਜਿਹੜੀ ਤੁਹਾਡੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਦੀ ਹੋਵੇ, ਤੁਸੀਂ ਸਵਾਦ ਲਈ ਨਹੀਂ ਖਾਣਾ, ਪਰ ਜੇ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਛਕਦੇ ਹੋ, ਤੁਹਾਨੂੰ ਹਰ ਚੀਜ਼ ਹੀ ਸਵਾਦੀ ਲੱਗੇਗੀ। ਹਰ ਚੀਜ਼ ਹੀ ਸਵਾਦੀ ਲੱਗੇਗੀ। ਉਹਦਾ ਉਹਦਾ ਨਾਮ ਦਾ ਰਸ ਨਾਲ ਜੁੜ ਗਿਆ, ਜਿਹਨੂੰ ਨਾਮ ਦਾ ਰਸ ਆ ਗਿਆ ਨਾ, ਫਿਰ ਤਾਂ ਜੋ ਉਹਨੇ ਖਾ ਲਿਆ ਉਹੀ ਦੱਸਦਾ ਹੈ। ਅਤੇ ਉਹ ਜਿਹੜੀ ਜਿਹੜਾ ਲੰਗਰ ਤਿਆਰ ਕੀਤਾ ਹੁੰਦਾ ਹੈ ਨਾਮ ਸੁੱਚਮ ਦੇ ਨਾਲ, ਨਾਮ ਜਪਦਿਆਂ ਤਿਆਰ ਕੀਤਾ ਹੁੰਦਾ, ਉਹ ਨਾਮ ਦਾ ਰਸ ਵਿੱਚ ਮਿਲਿਆ ਹੁੰਦਾ, ਅਤੇ ਰਾਜਾ ਰਤਨ ਰਾਜ ਜਿਹੜੀ ਬੁਰਕੀ ਪਾਉਂਦਾ ਉਹਦਾ ਵੱਖਰਾ ਸਵਾਦ, ਬੰਦਾ ਟਕਾ ਵੀ ਆ ਔਰ ਨਚਿਤ ਕੇ ਖਾ ਰਿਹਾ, ਅਤੇ ਇਹਦਾ ਮਨ ਜਿਹੜਾ ਸੀ ਨਾ ਐਨ ਗੁਰੂ ਪ੍ਰਤੀ ਇਹ ਰਾਜਾ ਸੰਤੁਸ਼ਟ ਹੋ ਗਿਆ, ਸੰਤੁਸ਼ਟ ਹੋਇਆ। ਇਹ 1 ਦਿਨ ਨਹੀਂ, 2 ਦਿਨ ਨਹੀਂ, 5 ਮਹੀਨੇ ਰਾਜਾ ਆਪਣੀ ਮਾਤਾ ਨੂੰ ਨਾਲ ਲੈ ਕੇ, ਪਤਨੀ ਨੂੰ ਨਾਲ ਲੈ ਕੇ, ਮੰਤਰੀ ਨੂੰ ਨਾਲ ਲੈ ਕੇ, ਅਹਿਲਕਾਰਾਂ ਨੂੰ ਨਾਲ ਲੈ ਕੇ, ਸਿਪਾਹੀਆਂ ਨੂੰ ਨਾਲ ਲੈ ਕੇ 5 ਮਹੀਨੇ ਅਨੰਦਪੁਰ ਰਿਹਾ ਰਾਜਾ। ਠੀਕ ਹੈ। ਆਪਣੇ ਨਾਲ ਉੱਥੇ ਰਿਹਾ ਆ, ਗੁਰੂ ਸਾਹਿਬ ਦੇ ਨਾਲ ਸ਼ਿਕਾਰ ਖੇਡਣ ਨੂੰ ਵੀ ਜਾਂਦਾ ਰਿਹਾ। ਇਹਦੇ ਹੁੰਦਿਆਂ ਹੁੰਦਿਆਂ ਹੀ ਸਤਿਗੁਰ ਨੇ ਨਗਾਰਾ ਵੀ ਬਣਾਇਆ, ਜਿਹਨੂੰ ਬਾਅਦ 'ਚ ਰਣਜੀਤ ਨਗਾਰਾ ਕਿਹਾ ਗਿਆ, ਰਣਜੀਤ ਨਗਾਰਾ ਵਜਾਇਆ। ਜਦੋਂ ਇਹ ਜਾਣ ਲੱਗਾ, ਸਤਿਗੁਰ ਇਹਨੂੰ ਗੁਰੂ ਘਰ ਵੱਲੋਂ ਖਿਲਤ ਦਿੱਤੀ, ਠੀਕ, ਢਾਲ ਦਿੱਤੀ, ਤਲਵਾਰ ਦਿੱਤੀ, ਦੁਸ਼ਾਲੇ ਦਿੱਤੇ, ਅਤੇ ਰਾਣੀਆਂ ਨੂੰ ਵੀ ਬਸਤਰ ਦਿੱਤੇ। ਠੀਕ। ਸਤਿਗੁਰ ਨੇ ਵੀ ਆਪਣੇ ਨੂੰ ਜਿੱਦਾਂ ਸੁਗਾਤਾਂ ਲੈ ਕੇ ਆਇਆ ਸੀ, ਸਤਿਗੁਰ ਨੇ ਉੱਦਾਂ ਇਹਨਾਂ ਨੂੰ ਤੋਹਫੇ ਸਰੋਪਿਆਂ ਵਜੋਂ ਦੇ ਕੇ ਸਰੋਪੇ ਦਿੱਤੇ, ਖਿਲ ਸਰੋਪਾ ਹੋ ਗਿਆ। ਇਹਨਾਂ ਨੇ ਸਰੋਪੇ ਦੇ ਕੇ ਬਖਸ਼ਿਸ਼ਾਂ ਕਰਕੇ ਇਹਨਾਂ ਨੂੰ ਤੋਰਿਆ 5 ਮਹੀਨੇ ਬਾਅਦ, ਔਰ ਬਾਹਰ ਤੱਕ ਯਾਨੀ ਕਿ ਸਤਿਗੁਰ ਦੇ ਗੁਰਸਿੱਖ ਸੀਗੇ ਅਨੰਦਪੁਰ ਦੇ ਬਾਹਰ ਤੱਕ ਦੂਰ ਤੱਕ ਛੱਡਣ ਵੀ ਗਏ, ਔਰ ਇਹ ਰਾਜਾ ਰਤਨ ਰਾਜ ਸੀਗਾ ਜਿਹੜਾ ਸੀ, ਇਹਦੇ ਸਮਾਨ ਨਾਲ ਪ੍ਰਸ਼ਾਦੀ ਹੱਥ ਦਾ ਤਾਂ ਜ਼ਿਕਰ ਕੀਤਾ ਕਿ ਇਹਦੇ ਘੋੜੇ ਜਿਹੜੇ 5 ਲੈ ਕੇ ਆਇਆ ਸੀਗਾ, ਪ੍ਰਸ਼ਾਦੀ ਹਾਥੀ ਲੈ ਕੇ ਆਇਆ ਸੀ, ਤਰ੍ਹਾਂ ਤਰ੍ਹਾਂ ਦੇ ਸ਼ਸਤਰ ਅਸ਼ਤਰ ਬਸ਼ਤਰ ਸਾਰਾ ਕੁਛ ਲੈ ਕੇ ਆਇਆ ਸੀ, ਉਹਨਾਂ ਨਾਲ ਜਿਹੜੀ ਇੱਕ ਤਰ੍ਹਾਂ ਦੀ ਹੋਰ ਸ਼ਾਨ ਸ਼ਾਹੀ ਠਾਠ ਰਾਜੇ ਵਾਲੀ ਠਾਠ ਸੀ, ਉਹਦੇ ਨਾਲ ਅਨੰਦਪੁਰ ਦੀ ਸ਼ਾਹੀ ਠਾਠ ਹੋਰ ਵਧੀ, ਤੰਬੂ ਦੁਨੀ ਚੰਦ ਵਾਲਾ ਸੀ ਉਹ ਸੀ, ਜਿੱਦਾਂ ਦੀ ਕਿਸੇ ਕੋਲ ਕੋਈ ਚੀਜ਼ ਨਹੀਂ, ਉੱਦਾਂ ਦੀ ਚੀਜ਼ਾਂ ਆ ਗਈਆਂ। ਅਤੇ ਇਹਨਾਂ ਦਿਨਾਂ ਦੇ ਵਿੱਚ ਇਸੇ ਵਿਸਾਖੀ ਦੇ ਉੱਤੇ ਹੀ ਸੇਠ ਗਗਨਮਾਲਾ ਅਰੋੜਾ, ਹਾਂਜੀ, ਜਿੱਦਾਂ ਇਤਿਹਾਸ ਨੇ ਉਹਦਾ ਜ਼ਿਕਰ ਕੀਤਾ, ਸੇਠ ਗਗਨਮਾਲ ਅਰੋੜਾ, ਉਹ 10,000 ਮੋਹਰਾਂ ਆਪਣੀਆਂ ਦਸ਼ਵੰਧ ਦੀਆਂ ਲੈ ਕੇ ਅਤੇ ਕਈ ਕੀਮਤੀ ਤੋਹਫੇ ਲੈ ਕੇ ਗੁਰੂ ਘਰ 'ਚ ਪਹੁੰਚਿਆ। ਠੀਕ ਹੈ। ਉਹ ਕਿਸ ਜਗ੍ਹਾ ਇਹ ਸੇਠ ਗਗਨਮਾਲ ਅਰੋੜਾ? ਕਾਬਲ ਕੰਧਾਰ ਤੋਂ। ਅੱਛਾ। ਇੱਧਰਲੇ ਬੰਨੇ ਜਾਣੀ ਕਿ ਵੱਡੇ ਵਪਾਰੀ ਹੁੰਦੇ ਸੀਗੇ, ਕਾਬਲੀ ਸਿੱਖਾਂ 'ਚ ਜਿਹੜੀ ਸ਼ਰਧਾ ਆ ਇਹ ਗੁਰੂ ਸਾਹਿਬ ਦੇ ਵੇਲੇ ਤੋਂ ਲੈ ਕੇ ਸਿੱਖਿਆ, ਵੱਡੇ ਵਪਾਰੀ ਹੁੰਦੇ ਸੀਗੇ, ਇਹ ਬਦਾਮਾਂ ਦੇ, ਘੋੜਿਆਂ ਦੇ, ਡਰਾਈ ਫਰੂਟ ਦੇ ਵੱਡੇ ਵਪਾਰੀ ਹੁੰਦੇ ਸੀਗੇ, ਅਤੇ ਸੇਠ ਗਗਨਮਾਲ ਅਰੋੜਾ ਜੀ ਇਹ ਜਿਹੜੇ ਸਨ, ਇਹ 10,000 ਮੋਹਰਾਂ, ਵੱਡੀ ਮਾਇਆ ਉਹਨਾਂ ਸਾਹਮਣੇ ਬਣਦੀ ਆ, 10,000 ਮੋਹਰਾਂ ਲੈ ਕੇ ਆਏ, ਕਈ ਤਰ੍ਹਾਂ ਦੇ ਸ਼ਸਤਰ ਅਸਤਰ ਬਸਤਰ ਹਥਿਆਰ ਅਤੇ ਕਈ ਤਰ੍ਹਾਂ ਦੀ ਹੋਰ ਜਿਹੜੀ ਕੀਮਤੀ ਸਮਾਨ ਲੈ ਕੇ ਕਾਬਲ ਕੰਧਾਰ ਤੋਂ ਆਇਆ, ਇਹ ਪਹੁੰਚਿਆ। ਔਰ ਇਹਨਾਂ ਦਿਨਾਂ ਦੇ ਵਿੱਚ ਜੋਧਪੁਰ ਦਾ ਰਾਜਾ ਬਿਸ਼ਨ ਸਿੰਘ ਜਿਹੜਾ ਗੁਰੂ ਤੇਗ ਬਹਾਦਰ ਦਾ ਸ਼ਰਧਾਲੂ ਸੀਗਾ, ਇਹ ਜੋਧਪੁਰ ਦਾ ਰਾਜਾ ਬਿਸ਼ਨ ਸਿੰਘ ਜਿਹੜਾ ਸੀ, ਇਹਨੇ 5 ਬੜੇ ਕੀਮਤੀ ਘੋੜੇ ਗੁਰੂ ਘਰ ਲਈ ਸ਼ਰਧਾ ਵਜੋਂ ਭਜਵਾਏ, ਰਾਜਾ ਬਿਸ਼ਨ ਸਿੰਘ ਨੇ ਜੋਧਪੁਰ ਤੋਂ ਭਜਵਾਏ। ਔਰ ਇਹ ਰਾਜਾ ਬਿਸ਼ਨ ਸਿੰਘ ਨੇ ਬਾਅਦ 'ਚ ਔਰੰਗਜ਼ੇਬ ਦੇ ਬਗਾਵਤ ਵੀ ਦੇ ਪੁੱਤਰਾਂ ਪੋਤੇ ਨੇ ਕੀਤੀ ਸੀਗੀ, ਉਹ ਕਦੇ ਜਦੋਂ ਸਮਾਂ ਆਇਆ ਆਪਾਂ ਜ਼ਿਕਰ ਕਰਾਂਗੇ। ਇਹਨੇ ਸ਼ਰਧਾ ਵਜੋਂ 5 ਘੋੜੇ ਇਹਨੇ ਭਜਵਾਏ, ਔਰ ਇਹ ਸਾਰਾ ਕੁਝ ਜਦੋਂ ਹੁਣ ਰਣਜੀਤ ਨਗਾਰਾ ਬਣ ਗਿਆ, ਰਣਜੀਤ ਨਗਾਰਾ ਵੱਜਣ ਲੱਗ ਪਿਆ, ਜਦੋਂ ਨਗਾਰਾ ਵੱਜਦਾ ਆ, ਧਮਕ ਪੈਂਦੀ ਆ, ਬਾਈ ਧਰ ਦੀਆਂ ਰਿਆਸਤਾਂ ਸੁਣਦੀਆਂ ਆ, ਪਹਾੜੀ ਰਾਜੇ, ਕਿਉਂਕਿ ਉਹਨਾਂ ਦਿਨਾਂ 'ਚ ਉਹਨਾਂ ਦੇ ਅਹਿਲਕਾਰ ਆਮ ਹੀ, ਗੁਰੂ ਘਰ ਨਾਲ ਵਿਗਾੜ ਕੋਈ ਨਹੀਂ ਸੀ ਅਜੇ, ਉਹ ਆਮ ਹੀ ਅਨੰਦਪੁਰ ਆਉਂਦੇ ਸੀ, ਉਹ ਆ ਕੇ ਨਗਾਰਾ ਸੁਣਦੇ ਆ ਕੇ ਗੁਰੂ ਘਰ ਦੇ ਤੰਬੂ ਦੇਖਦੇ ਆ, ਗੁਰੂ ਘਰ ਦਾ ਸ਼ਾਹੀ ਠਾਠ ਦੇਖਦੇ ਆ, ਪ੍ਰਸ਼ਾਦੀ ਹਾਥੀ ਦੇਖਦੇ ਆ, ਘੋੜੇ ਦੇਖਦੇ ਆ, ਸਤਿਗੁਰੂ ਦੇ ਜਵਾਨ ਜਿਹੜੇ ਤਿਆਰ ਹੋ ਰਹੇ, ਰੋਜ਼ ਜਿਹੜੀ ਘੋੜ ਸਵਾਰੀ ਹੁੰਦੀ ਉਹ ਦੇਖਦੇ ਆ, ਅਤੇ ਉਹ ਜਾ ਕੇ ਅਹਿਲਕਾਰ ਜਿਹੜੇ ਆ ਨਾ, ਜਾ ਕੇ ਆਪਣੇ ਰਾਜਿਆਂ ਨੂੰ ਦੱਸਦੇ ਆ ਕਿ ਜੀ ਜੋ ਅਨੰਦਪੁਰ ਦੀ ਸ਼ਾਨ ਆ ਨਾ, ਉਹ ਤੁਹਾਡੀ ਤਾਂ ਕੀ, ਉਹ ਤਾਂ ਔਰੰਗਜ਼ੇਬ ਦੇ ਦਰਬਾਰ, ਦਿੱਲੀ ਦਰਬਾਰ 'ਚ ਵੀ ਨਹੀਂ ਆਉਂਦੀ, ਵੱਧਦੀ ਜਾ ਰਹੀ ਆ, ਵੀ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਆ, ਵੀ ਹਰ ਰੋਜ਼ ਦੀ ਰੋਜ਼ ਵੱਧਦੀ ਜਾ ਰਹੀ ਆ। ਔਰੰਗਜ਼ੇਬ ਨੂੰ ਲੱਗਾ ਸੀ ਕਿ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਵਾਇਆ
ਅਤੇ ਸ਼ਾਇਦ ਅਨੰਦਪੁਰ ਆਪਾਂ ਨੂੰ ਵੀ ਲੱਗਦਾ ਸੀ ਅਨੰਦਪੁਰ ਦੀ ਗੱਲ ਠਾਠ ਨਾ ਰਹੇ, ਪਰ ਅਨੰਦਪੁਰ ਦੇ ਠਾਠ ਤਾਂ ਹਰ ਦਿਨ ਵੱਧਦੇ ਜਾ ਰਹੇ, ਹਰ ਚੜ੍ਹਦੇ ਸੂਰਜ ਕੀ ਕਹਿੰਦੇ ਹੁੰਦੇ ਆ ਦੁੱਗਣੀ ਹੋ ਰਹੀ ਹੁੰਦੀ ਜਾ ਰਹੀ ਆ, ਯਾਨੀ ਕਿ ਦਿਨ ਦੁੱਗਣੀ ਰਾਤ ਚੌਗਣੀ ਜਿਹੜੀ ਆ ਨਾ ਉਹਦੀ ਸ਼ਾਨ ਵੱਧਦੀ ਆ। ਦੂਜੇ ਦਿਨ ਉੱਠ ਕੇ ਦੇਖੀਦਾ ਉਦੋਂ ਜ਼ਿਆਦਾ ਹੋਈ ਹੁੰਦੀ ਆ, ਉਦੋਂ ਜ਼ਿਆਦਾ ਹੋਈ ਹੁੰਦੀ ਆ। ਔਰ ਸਿੱਖ ਜਿਹੜੇ ਦੂਰੋਂ ਦੂਰੋਂ ਗੁਰੂ ਨਾਨਕ ਦੇ ਸ਼ਰਧਾਲੂ ਆ, ਗੁਰੂ ਨਾਨਕ ਨਾਮ ਲੇਵਾ, ਉਹ ਗੁਰੂ ਤੇ ਸਾਹਿਬ ਤੋਂ ਕੁਰਬਾਨ ਹੋਣ ਲਈ ਗੁਰੂ ਸਾਹਿਬ ਨੇ ਸ਼ਸਤਰਾਂ ਦੀ ਮੰਗ ਕੀਤੀ, ਘੋੜਿਆਂ ਦੀ ਮੰਗ ਕੀਤੀ, ਨੌਜਵਾਨਾਂ ਦੀ ਮੰਗ ਕੀਤੀ। ਨੌਜਵਾਨ ਤੁਰੇ ਆ ਰਹੇ ਆ, ਘੋੜੇ ਤੁਰੇ ਆ ਰਹੇ, ਸ਼ਸਤਰ ਤੁਰੇ ਲੈ ਕੇ ਆ ਰਿਹਾ ਸਰ ਜਿਹੜੇ, ਅਤੇ ਇਸ ਕਰਕੇ ਉੱਥੇ ਫੌਜਾਂ ਵੀ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ, ਉਹਨਾਂ ਦੀ ਪ੍ਰੈਕਟਿਸ ਵੱਧਦੀ ਜਾ ਰਹੀ ਆ, ਘੋੜ ਸਵਾਰੀ ਵੱਧਦੀ ਜਾ ਰਹੀ ਆ, ਨੇਜੇਬਾਜ਼ੀ ਵੱਧਦੀ ਜਾ ਰਹੀ ਹੈ, ਸ਼ਿਕਾਰ ਵੱਧਦਾ ਜਾ ਰਿਹਾ। ਰਣਜੀਤ ਨਗਾਰੇ ਨੇ ਬੋਲਣਾ ਸ਼ੁਰੂ ਕਰਤਾ, ਸ਼ਾਹੀ ਠਾਠ ਉਹਦੇ ਨਾਲ ਦੇ ਕਿਤੇ ਹੋਰ ਹੈ ਨਹੀਂ ਗਏ। ਔਰ ਕਹਿਲੂਰ ਦੀ ਰਿਆਸ ਸੀਗੀ ਜੀ, ਜਿਹਦੇ 'ਚ ਅਨੰਦਪੁਰ ਪੈਂਦਾ ਸੀਗਾ, ਸਤਿਗੁਰ ਨੇ ਕਹਿਲੂਰ ਦੀ ਰਾਜੇ ਤੋਂ ਹੀ ਇਹ ਥਾਂ ਮੁੱਲ ਲਈ ਸੀਗੀ। ਹਾਂਜੀ, ਉਹਦਾ ਫਿਰ ਰਜਵਾੜਾ ਸੀ ਭੀਮ ਚੰਦ, ਬਾਜ਼ਦਾਰ ਦੀ ਰਾਸ ਤੋਂ ਸਭ ਤੋਂ ਵੱਡਾ ਸੀ। ਉਹਨੂੰ ਲੱਗਾ ਕਿ ਕਿਤੇ ਗੁਰੂ ਘਰ ਦੀ ਤਾਕਤ ਵੱਧਦੀ, ਮੈਨੂੰ ਖਤਰਾ ਤਾਂ ਨਹੀਂ, ਪਰ ਉਹਦੀ ਸ਼ਰਧਾ ਹੈ ਉਹਦੇ ਦਾਦਿਆਂ ਪੜਦਾਦਿਆਂ ਤੋਂ ਲੈ ਕੇ, ਕਹਿੰਦਾ ਨਹੀਂ ਖਤਰਾ ਨਹੀਂ ਹੋਣਾ ਚਾਹੀਦਾ, ਨਾਲੇ ਵੀ ਕਹਿੰਦਾ ਮਨ ਦੇ ਵਿੱਚ, ਪਰ ਉਹਦੇ ਮਨ ਦੇ ਵਿੱਚ ਆਉਂਦਾ ਕਿ ਮੈਂ ਅਨੰਦਪੁਰ ਜਾ ਕੇ ਦੇਖਾਂ ਤਾਂ ਸਹੀ। ਅਤੇ ਜਦੋਂ ਉਹਦੇ ਮਨ ਦੇ ਵਿੱਚ ਆਉਂਦਾ ਨਾ ਵੀ ਅਨੰਦਪੁਰ ਜਾ ਕੇ ਦੇਖਾਂ ਤਾਂ ਸਹੀ, ਅਤੇ ਉਹ ਉਹਦੇ ਲਈ ਵਿਆਹ ਤਬੰਦੀ ਕਰਨੀ ਸ਼ੁਰੂ ਕਰਦਾ, ਮਨ ਦੇ ਵਿੱਚ ਸੋਚਾਂ ਬਣਾਉਣੀਆਂ ਸ਼ੁਰੂ ਕਰਦਾ। ਮੈਂ ਕਿਹਾ ਉਹਦੀ ਸੋਚਾਂ ਦੀ ਗੱਲ ਆਪਾਂ ਸਮਾਂ ਹੋ ਗਿਆ, ਉਹ ਕੀ ਯਤਨ ਕਰਦਾ ਆ, ਕਿੱਦਾਂ ਨੇੜਤਾ ਪਾਉਣ ਦੀ ਗੱਲ ਕਰਦਾ ਆ, ਕਿੱਦਾਂ ਆਪਣੇ ਅਹਿਲਕਾਰਾਂ ਨੂੰ ਭੇਜਦਾ, ਉਹ ਆਪਣੀ ਗੱਲ ਜਿਹੜੀ ਆ ਆਪਾਂ, ਕਿਉਂਕਿ ਸਮਾਂ ਹੋ ਗਿਆ, ਆਪਾਂ ਅਗਲੇ ਐਪੀਸੋਡ 'ਚ ਕਰਾਂਗੇ ਤਾਂ ਵਧੀਆ ਰਹੂਗਾ। ਵੀਰ ਜੀ ਬਿਲਕੁਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਦੱਸ ਰਹੇ ਸੀ ਕਿ 1679 ਦੀ ਜਿਹੜੀ ਵਿਸਾਖੀ ਸੀ ਉੱਥੇ ਕੀ ਜਿਹੜਾ ਟਰਨਿੰਗ ਪੁਆਇੰਟ ਆਇਆ ਆ ਉਹਦੇ ਬਾਰੇ ਵੀਰ ਜੀ ਸਾਂਝ ਪਾ ਰਹੇ ਸੀ, ਕਿਉਂਕਿ ਪ੍ਰੋਗਰਾਮ ਕਰਦਿਆਂ ਜਿਹੜਾ ਟਾਈਮ ਆ ਉਹ ਹੋ ਜਾਂਦਾ ਅਤੇ ਪੂਰੀ ਗੱਲ ਸਾਡੀ ਨਹੀਂ ਹੋ ਸਕੀ। ਇੱਥੇ ਹੀ ਫਤਿਹ ਬੁਲਾਉਂਦੇ ਹਾਂ, ਜਿੱਥੋਂ ਅਸੀਂ ਵਿਚਾਰ ਛੱਡੀਏ ਉੱਥੋਂ ਹੀ ਸ਼ੁਰੂਆਤ ਕਰਾਂਗੇ। ਆਪਣਾ ਆਪਣਾ ਖਿਆਲ ਰੱਖਿਓ, ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਿਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਭੋ ਨਾ ਡਰੂ, ਨਾ ਡਰੂ ਔਰ ਸੋ ਜਬ ਚਾਏ ਲੜੂ, ਨਿਸ਼ਚੇ ਕਰ ਆਪਣੀ ਜੀਤ ਕਰੂ।